MH1 News Prime Time ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਸੋ ਆਖਿਰਕਾਰ 27 ਨਵੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਵਿੰਟਰ ਸੈਸ਼ਨ, ਵਿਧਾਨ ਸਭਾ ਦਾ ਇਜਲਾਸ ਹੋਏਗਾ। ਕਈ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਵਿਰੋਧੀ ਧਿਰ ਸਵਾਲ ਲੈ ਕੇ ਲਿਸਟ ਆਪਣੇ ਕੋਲ ਉਹਨਾਂ ਰੱਖੀ ਹੋਈ ਹੈ ਕਿ ਕੁਝ ਸਵਾਲ ਪੁੱਛਣਗੇ। 27 ਨਵੰਬਰ ਨੂੰ ਪਤਾ ਚੱਲੇਗਾ, ਮੰਡੇ ਨੂੰ ਇਹ ਇਜਲਾਸ ਹੋਣ ਵਾਲਾ। ਕਈ ਮੁੱਦੇ ਨੇ ਪੰਜਾਬ ਦੇ, ਕਿਉਂਕਿ ਜਿਹੜੇ ਪੱਕੇ ਹੋਏ ਨੇ, ਚਾਹੇ ਉਹ ਕਿਸਾਨ ਕਰਜ਼ ਮਾਫੀ ਹੋਏ, ਪਕੋਕਾ ਕਾਨੂੰਨ ਨੂੰ ਲੈ ਕੇ ਹੋਏ, ਚਾਹੇ ਉਹ ਆਂਗਨਵਾੜੀ ਵਰਕਰਸ ਦੀ ਮੰਗ ਨੂੰ ਲੈ ਕੇ ਹੋਏ, ਚਾਹੇ ਗੈਂਗਸਟਰਸ ਦਾ ਮੁੱਦਾ ਹੋਵੇ, ਚਾਹੇ ਪਰਾਲੀ ਦਾ ਮੁੱਦਾ ਹੋਵੇ, ਸੁਖਪਾਲ ਸਿੰਘ ਖਹਿਰਾ ਜੀ ਦਾ ਜਿਹੜਾ ਅਸਤੀਫਾ ਮੰਗਿਆ ਜਾ ਰਿਹਾ, ਉਹ ਵੀ ਪੱਕਿਆ ਹੋਇਆ। ਕਈ ਅਹਿਮ ਮੁੱਦੇ ਨੇ ਪੰਜਾਬ ਦੇ ਜਿਹੜੇ ਇਸ ਵਾਰ ਵਿੰਟਰ ਸੈਸ਼ਨ ਦੇ ਵਿੱਚ ਹੋਣਗੇ, ਵਿਚਾਰ ਵਟਾਂਦਰਾ ਹੋਏਗਾ। ਇਸ ਨੂੰ ਲੈ ਕੇ ਅੱਜ ਅਸੀਂ ਕਰਾਂਗੇ ਵਿਚਾਰ ਵਟਾਂਦਰਾ। ਸਰਕਾਰ ਨੂੰ 8 ਮਹੀਨੇ ਪੂਰੇ ਹੋ ਚੁੱਕੇ ਨੇ ਅਤੇ ਜਦ ਚੋਣ ਹੋਈ ਸੀ ਉਸ ਤੋਂ ਬਾਅਦ ਆਸ ਸੀ ਕਿ ਪੰਜਾਬ ਦੇ ਅੰਦਰ ਹੁਣ ਕਾਂਗਰਸ ਦੀ ਸਰਕਾਰ ਬਣੀ ਹੈ ਅਤੇ ਕੁਝ ਵਧੀਆ ਕਰੇਗੀ ਸੂਬੇ ਦੇ ਲੋਕਾਂ ਦੇ ਲਈ। ਅਤੇ ਹੁਣ ਮੰਡੇ ਨੂੰ ਹੋਣ ਜਾ ਰਿਹਾ ਇਜਲਾਸ ਅਤੇ ਵਿਰੋਧੀ ਧਿਰ ਕਹਿ ਰਹੇ ਨੇ ਕਿ ਜ਼ਮੀਨੀ ਪੱਧਰ 'ਤੇ ਹਜੇ ਤੱਕ ਕੁਝ ਵਿਕਾਸ ਜਿਹੜੇ ਨੇ ਉਹ ਨਜ਼ਰ ਨਹੀਂ ਆ ਰਹੇ, ਲੇਕਿਨ ਜਿਹੜੇ ਕਾਂਗਰਸ ਦੇ ਨੁਮਾਇੰਦੇ ਨੇ ਉਹ ਤਾਂ ਕਹਿੰਦੇ ਹੋਏ ਨਜ਼ਰ ਆ ਰਹੇ ਕਿ ਅਸੀਂ ਕਿਸਾਨਾਂ ਦੇ ਲਈ ਕਰਜ਼ ਮੁਆਫ ਕਰਤਾ, 2 ਲੱਖ ਤੱਕ ਦਾ ਕਰਜ਼ਾ ਮੁਆਫ ਹੋ ਗਿਆ। ਔਰ ਵੀ ਕਈ ਅਹਿਮ ਗੱਲਾਂ ਕੀਤੀਆਂ ਗਈਆਂ ਕਿ ਜਿਹੜਾ ਸਾਡਾ ਖਜ਼ਾਨਾ ਸੀ ਉਹ ਖਾਲੀ ਸੀ, ਲੇਕਿਨ ਅਸੀਂ ਫਿਰ ਵੀ ਕੋਸ਼ਿਸ਼ ਕਰ ਰਹੇ ਹਾਂ। ਇਸ ਨੂੰ ਲੈ ਕੇ ਅੱਜ ਪੈਨਲਿਸਟ ਵੀ ਮੇਰੇ ਨਾਲ ਮੌਜੂਦ ਨੇ। ਮੈਂ ਤੁਹਾਨੂੰ ਤਾਰੂਫ ਕਰਾਦਾ, ਮੇਰੇ ਨਾਲ ਨੇ ਮਨਜੀਤ ਸਿੰਘ ਜੀ, ਜੋ ਕਿ ਸਿਆਸੀ ਮਾਹਿਰ ਨੇ, ਮੇਰੇ ਨਾਲ ਆਮ ਆਦਮੀ ਪਾਰਟੀ ਦੇ ਵੀ ਬੁਲਾਰੇ ਨੇ, ਉਹ ਵੀ ਮੇਰੇ ਨਾਲ ਜੁੜੇ ਹੋਏ ਨੇ, ਅਤੇ ਮੇਰੇ ਨਾਲ ਕਾਂਗਰਸ ਦੇ ਬੁਲਾਰੇ ਨੇ ਜੁੜਨਾ ਸੀਗਾ, ਲੇਕਿਨ ਉਹ ਸਟੂਡੀਓ ਦੇ ਵਿੱਚ ਨਹੀਂ ਪਹੁੰਚ ਪਾਏ ਕਿਸੇ ਕਾਰਨਵਸ਼, ਅਤੇ ਅਸੀਂ ਕਵਲਜੀਤ ਸਿੰਘ ਬਰਾੜ ਜਿਹੜੇ ਨੇ ਉਹਨਾਂ ਨੂੰ ਫੋਨ ਲਾਈਨ 'ਤੇ ਜੋੜ ਲਿਆ। ਅਤੇ ਸਵਾਗਤ ਕਰਦੇ ਹਾਂ ਜੀ ਸਾਰਿਆਂ ਦਾ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਜਲਾਸ ਦੇ ਬਾਰੇ, ਅਤੇ ਸਭ ਤੋਂ ਪਹਿਲਾਂ ਮੈਂ ਸਵਾਲ ਮਨਜੀਤ ਸਿੰਘ ਜੀ ਤੁਹਾਡੇ ਤੋਂ ਲੈਣਾ ਚਾਹੂੰਗਾ, ਕਿਉਂਕਿ ਸਿਆਸੀ ਸਵਾਲ ਮੈਂ ਬਾਅਦ 'ਚ ਲਵਾਂ, ਲੇਕਿਨ ਸਿਆਸੀ ਮਾਹਿਰ ਤੋਂ ਇਹ ਸਵਾਲ ਲੈਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ 8 ਮਹੀਨੇ ਸਰਕਾਰ ਨੂੰ ਹੋ ਚੁੱਕੇ ਨੇ, ਵਿੰਟਰ ਸੈਸ਼ਨ ਹੁਣ ਹੋਣ ਜਾ ਰਿਹਾ, ਮੰਡੇ ਨੂੰ ਇਹ ਸੈਸ਼ਨ ਹੋਏਗਾ, ਪੰਜਾਬ ਦੇ ਹਾਲਾਤ ਹਜੇ ਤੱਕ ਕਿੱਥੇ ਨੇ? ਮੈਂ ਸਭ ਤੋਂ ਪਹਿਲਾਂ ਸਵਾਲ ਤੁਹਾਡੇ ਤੋਂ ਲੈਣਾ ਚਾਹੂੰਗਾ ਸਰ। ਦੇਖੋ, ਜੋ ਉਮੀਦਾਂ ਦੀ ਗੁੱਡੀ ਚੜ੍ਹਾਈ ਸੀਗੀ ਇਲੈਕਸ਼ਨ ਦੇ ਚੋਣਾਂ ਦੇ ਦੌਰਾਨ, ਉਸ ਨੂੰ ਉਸ ਦੀ ਬਿਲਕੁਲ ਵਿਪਰੀਤ ਕੰਮਾਂ ਦੀ ਸਪੀਡ ਹੈਗੀ ਆ। ਮੇਰਾ ਖਿਆਲ ਹੈ ਕਿ ਪਾਰਟੀਆਂ ਨੂੰ ਥੋੜ੍ਹਾ ਜਿਹਾ ਜਦੋਂ ਵਾਅਦੇ ਕਰਦੇ ਆ ਜਾਂ ਜਿੰਨੀਆਂ ਲੋਕਾਂ ਦੀਆਂ ਉਮੀਦਾਂ ਚੜ੍ਹਾਉਂਦੇ ਆ, ਉਦੋਂ ਇਲੈਕਸ਼ਨ ਦੌਰਾਨ ਜ਼ਰੂਰ ਸੋਚਣਾ ਚਾਹੀਦਾ, ਕਿਉਂਕਿ ਲੋਕ ਤਾਂ ਪਹਿਲਾਂ ਹੀ ਤੰਗ ਬੈਠੇ ਬਹੁਤ ਜ਼ਿਆਦਾ, ਹਰ ਪਾਸਿਓਂ ਪਰੇਸ਼ਾਨ ਆ, ਲਾਚਾਰ ਹੈਗੇ, ਅਤੇ ਤੁਸੀਂ ਜੇ ਉਹਨਾਂ ਨੂੰ ਇਹ ਕਹੋਗੇ ਕਿ ਅਸੀਂ ਸੱਤਾ 'ਚ ਆਉਂਦਿਆਂ ਹੀ ਸਾਰਾ ਕੁਝ ਹਰਾ ਭਰਾ ਕਰ ਦਿਆਂਗੇ, ਇੱਕ ਸਵਰਗ ਬਣਾ ਦਿਆਂਗੇ, ਇਸ ਕਿਸਮ ਦੀਆਂ ਉਮੀਦਾਂ ਇੱਕ ਲੋਕਾਂ ਦੀ ਤੋਹੀਨ ਵੀ ਮੈਂ ਸਮਝਦਾ, ਔਰ ਲੋਕਾਂ ਦਾ ਨਾਲ ਧੋਖਾ ਤਾਂ ਹੈ ਹੀ ਹੈ ਇਸ ਕਿਸਮ ਦਾ। ਉਸ ਦੇ ਮੁਤਾਬਕ ਜੋ ਜਿੰਨਾ ਇਹਨਾਂ ਨੇ ਵਾਅਦੇ ਕੀਤੇ ਸੀ ਉਹਦੇ ਮੁਤਾਬਕ ਤਾਂ ਨਹੀਂ ਚੱਲ ਰਿਹਾ, ਪਰ ਹੁਣ ਜਿਹੜੀ ਗੱਲ ਕਹਿ ਰਹੇ ਆ ਜਿੰਨਾ ਵੀ ਪਿਛਲੇ 8 ਮਹੀਨਿਆਂ 'ਚ, ਮੇਰਾ ਖਿਆਲ ਹੈ ਕਿ ਜਿਹੜੀ ਅਸਲੀਅਤ ਵਾਲੇ ਮੋਡ ਵਿੱਚ ਆ ਗਏ ਆ, ਖਜ਼ਾਨਾ ਖਾਲੀ ਆ, ਖਜ਼ਾਨੇ ਤਾਂ ਖਾਲੀ ਹੁੰਦੇ ਸਰਕਾਰਾਂ ਦੇ, ਕਿੱਥੇ ਪੈਸੇ ਆ, ਹਰ ਕੋਈ ਇਹੋ ਹੀ ਗੱਲ ਕਹਿੰਦਾ। ਇਸ ਕਰਕੇ ਜਿਹੜਾ ਅਸਲੀਅਤ ਮੁੜ ਕੇ ਐਕਚੁਅਲੀ ਜਦੋਂ ਕਰਨਾ ਤਾਂ ਉਹਦੇ 'ਚ ਕੀ ਦਿੱਕਤਾਂ ਆ, ਇਹ ਪਹਿਲਾਂ ਵੀ ਮੇਰਾ ਖਿਆਲ ਚੋਣਾਂ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਮੋਡ 'ਚ ਹੋਣਾ ਚਾਹੀਦਾ। ਜਿੱਥੋਂ ਤੱਕ ਤੁਸੀਂ ਇਜਲਾਸ ਦਾ ਅੱਜ ਦਾ ਸੈਸ਼ਨ ਹੈ, ਮੈਂ ਤਾਂ ਹਾਲ ਦੀ ਘੜੀ ਇਸ ਸੈਗਮੈਂਟ 'ਚ ਇੰਨਾ ਕੁ ਜ਼ਰੂਰ ਕਮੈਂਟ ਕਰੂੰਗਾ ਕਿ ਦੇਖੋ, ਇਹ ਜਿੰਨੇ ਸਾਡੇ MLA ਮਿਨਿਸਟਰ ਹੈਗੇ, ਭਾਵੇਂ ਉਹ ਸੈਂਟਰ 'ਚ ਹੈਗੇ ਆ ਭਾਵੇਂ ਇੱਥੇ ਹੈਗੇ, ਉਹ ਸਰਕਾਰੀ ਕਿਸਮ ਦੇ ਉਸ ਕਿਸਮ ਦੇ ਹੀ ਇੰਪਲਾਈ ਆ ਜਿਵੇਂ ਕੋਈ IAS ਆ, IPS ਆ, ਜਾਂ ਹੋਰ ਕੋਈ ਇੰਪਲਾਈ ਹੈਗਾ ਆ, ਭਾਵੇਂ ਕੋਈ PN ਕਿਉਂ ਨਾ ਹੋਵੇ। ਫਰਕ ਸਿਰਫ ਇੰਨਾ ਕਿ ਇਹਨਾਂ ਦੀ ਸਿਲੈਕਸ਼ਨ ਕਮੇਟੀ 5 ਸਾਲਾਂ ਬਾਅਦ ਜਨਤਾ ਕਰਦੀ ਹੈ, ਔਰ ਇਹਨਾਂ ਨੂੰ ਸਭ ਤੋਂ ਵੱਧ ਜਿਹੜੇ ਸਹੂਲਤਾਂ ਮਿਲਦੀਆਂ, ਪੁਲਿਸ ਮਿਲਦੀ, ਗੱਡੀਆਂ ਮਿਲਦੀਆਂ, ਪੈਟਰੋਲ ਮਿਲਦਾ, ਹੋਰ ਸਹੂਲਤਾਂ, ਘਰ ਮਿਲਦੇ ਆ, ਅਤੇ ਜੇ ਤੁਸੀਂ ਸਾਰੀਆਂ ਸਹੂਲਤਾਂ, ਅੱਛਾ 5 ਸਾਲਾਂ 'ਚ ਪੈਨਸ਼ਨ ਮੈਚਿਓਰ ਹੋ ਜਾਂਦੀ ਹੈ ਲੋਕਾਂ ਨੂੰ, ਫੁੱਲ ਪੈਨਸ਼ਨ ਲੈਣ ਲਈ 30-30 ਸਾਲ ਨੌਕਰੀ ਕਰਨੀ ਪੈਂਦੀ, ਇਹਨਾਂ ਨੂੰ 5 ਸਾਲਾਂ 'ਚ ਪੈਨਸ਼ਨ ਜਿਹੜੀ ਆ ਉਹ ਮਿਲਣੀ ਸ਼ੁਰੂ ਹੋ ਜਾਂਦੀ ਆ, ਜਿਹੜੀ ਸਾਰੀ ਉਮਰ ਮਿਲਣੀ ਆ। ਇਸ ਕਰਕੇ ਇੰਨੀਆਂ ਸਹੂਲਤਾਂ ਦੇ ਬਾਵਜੂਦ ਵੀ ਜੇ ਪੂਰਨ ਤੌਰ 'ਤੇ ਕੰਮ ਨਾ ਕੀਤਾ ਜਾਵੇ, ਜਿਹੜਾ ਕਿ ਅਸੈਂਬਲੀ ਦੇ ਸੈਸ਼ਨ ਆ, ਤੁਸੀਂ 365 ਦਿਨ ਹੁੰਦੇ ਆ, ਘੱਟੋ ਘੱਟ ਤੁਸੀਂ 150 ਦਿਨ ਦੇ ਅਸੈਂਬਲੀ ਦੇ ਵਿੱਚ, ਜਾਂ ਜੇ ਇੰਨਾ ਵੀ ਨਹੀਂ ਤਾਂ 100 ਦਿਨ ਤਾਂ ਬਿਲਕੁਲ ਹੀ ਥੱਲੇ ਤੋਂ ਥੱਲੇ ਲਾਉਣਾ ਚਾਹੀਦਾ। ਤਾਂ ਔਰ ਹੋ ਕੀ ਗਿਆ ਆ ਕਿ ਆਪੋਜੀਸ਼ਨ ਨੂੰ ਇਹ ਆ ਕਿ ਆਹ ਲੈਣ ਤੋਂ ਪਹਿਲਾਂ ਤੇਲ ਮਲ ਕੇ ਪੱਟਾਂ ਦੇ ਹੱਥ ਮਾਰਨ ਲੱਗ ਜਾਂਦੇ ਆ ਕਿ ਆਹ ਲੈਣ ਤੋਂ ਅਸੀਂ ਐਤਕੀ ਇੰਝ ਠੋਕਾਂਗੇ, ਐਤਕੀ ਰਾਜਨੀਤੀ ਇੰਝ ਕਰਾਂਗੇ, ਐਤਕੀ ਰਾਜਨੀਤੀ ਇੰਝ ਕਰਾਂਗੇ, ਫਲਾਣੇ ਨੂੰ ਕੱਚੇ ਲਵਾਂਗੇ, ਉਹਨੂੰ
ਜਨਤਾ ਜਿਹੜੀ ਆ ਉਹ ਬਾਹਰ ਹੋ ਜਾਂਦੀ ਹੈ, ਜਨਤਾ ਦੀ ਪ੍ਰਾਇਓਰਿਟੀ ਉਹਨਾਂ ਦੇ ਮੁੱਦੇ ਕੀ ਆ। ਜੇ ਆਪਾਂ ਇੰਨੇ ਸੰਜੀਦਾ ਹੋਈਏ ਤੇ ਭਾਵੇਂ ਉਹ ਪਾਰਲੀਮੈਂਟ ਦੇ ਸੈਸ਼ਨ ਹੈ ਜਿਹੜੇ ਪੂਰੇ ਦੇ ਪੂਰੇ ਸੈਸ਼ਨ ਛੋਟੇ ਜਿਹੇ ਮੁੱਦੇ ਦੇ ਉੱਤੇ ਅੜੀ ਕਰਕੇ ਵਾਸ਼ ਹੋ ਜਾਂਦੇ ਆ, ਤੇ ਉਹ ਹੀ ਪੰਜਾਬ ਦੇ ਵਿੱਚ ਹਾਲ ਹੈ। ਜਿਹੜਾ ਪਿਛਲਾ ਸੈਸ਼ਨ ਅਸੀਂ ਦੇਖਿਆ ਸੀ, ਜਿਵੇਂ ਕਿਵੇਂ ਪੱਗਾਂ ਲੱਥੀਆਂ, ਕਿਵੇਂ ਵਾਕਆਊਟ ਹੋਏ, ਕਿਵੇਂ ਧਰਨੇ ਹੋਏ, ਕੋਈ ਬਾਹਰ ਜਾ ਰਿਹਾ, ਕੋਈ ਅੰਦਰ ਜਾ ਰਿਹਾ। ਪ੍ਰੋਟੈਸਟ ਕਰਨੇ ਚਾਹੀਦੇ ਆ, ਓਪੋਜੀਸ਼ਨ ਨੂੰ ਸਖਤ ਢੰਗ ਨਾਲ ਬੋਲਣਾ ਚਾਹੀਦਾ, ਪਰ ਜਿੱਥੋਂ ਅਸੀਂ ਇਹ ਪਾਰਲੀਮੈਂਟ ਦਾ ਜਿਹੜਾ ਪੂਰੇ ਦਾ ਪੂਰਾ ਬਿਲਕੁਲ ਸਹੀ ਗੱਲ ਕਹਿ ਰਹੇ ਹੋ, ਇਹ ਸੰਸਥਾ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਜਿਹੜਾ ਖਾਮੇ ਆ ਜਾਏ ਆ, ਉੱਥੇ ਦੇਖੋ ਕਿਵੇਂ ਬਹਿਸ ਕਰਦੇ ਆ ਲੋਕ। ਆਪਸੀ ਆਰੋਪ ਤੇ ਆਰੋਪ ਦੀ ਨਹੀਂ, ਕਨਸਟੀਟਿਊਸ਼ਨ ਵੀ ਨਹੀਂ, ਰਾਜਨੀਤੀ ਦੇ ਵਿੱਚ ਜਿਹੜਾ ਖਾਮੇ ਆ ਜਾਏ ਉਹ ਸੂਬੇ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਸਰ। ਤੁਸੀਂ ਆਪਣਾ ਆਰਾਮ ਨਾਲ ਆਰਗੂਮੈਂਟ ਕਹੋ, ਉਹਦਾ ਵੇਟ ਕਰੋ, ਉਹਨੂੰ ਰਿਕਾਰਡ ਕਰੋ, ਕੱਲ ਨੂੰ ਫੇਸ ਕਰਨ ਲੋਕ ਜੋ ਗਲਤ ਬੋਲਦੇ ਉਹਨੂੰ ਫੇਸ ਕਰਨ। ਇੱਥੇ ਤੇ ਛਿੱਤਰੋ ਛਿੱਤਰੀ ਹੁੰਦੇ ਆ, ਕੁਰਸੀਆਂ ਚੱਲਦੀਆਂ, ਡਾਂਗਾ ਸੋਟੇ ਵੀ ਦੇ ਦੇਣ ਇੱਕ ਚਾੜੇ, ਮੇਰੇ ਖਿਆਲ ਉਹੀ ਕਮੀ ਰਹਿ ਗਈ ਹੈ ਕਿ ਅੰਦਰ ਇੱਕ ਡਾਂਗਾ ਸੋਟੇ ਵੀ ਦੇ ਦੇਣ ਕੁੱਟ ਲਿਆ ਕਰਨ। ਇਹ ਕੰਮ ਬਿਲਕੁਲ ਹੀ ਬਹੁਤ ਹੀ ਬੈਕਵਰਡ ਇੱਕ ਕਿਸਮ ਦੀ ਰਾਜਨੀਤੀ ਹੈਗੀ, ਇਹ ਛੱਡ ਕੇ ਤੇ ਚੰਗੇ ਢੰਗ ਨਾਲ ਸੈਸ਼ਨ ਨੂੰ ਚਲਾਉਣਾ ਚਾਹੀਦਾ। ਇਹ ਚੰਗੀ ਗੱਲ ਹੈ ਕਿ 2 ਦਿਨ ਦਾ ਸੈਸ਼ਨ ਰੱਖਿਆ ਸਾਰਾ, ਕੀ ਗੱਲ ਹੈ ਬਈ। ਇੱਕ ਦਿਨ ਪਹਿਲਾਂ ਉਂਝ ਹੀ ਜਿਹੜੇ ਕੋਈ ਸ਼ਰਧਾਂਜਲੀਆਂ ਦੇ ਕੇ ਉੱਠ ਜਾਣਗੇ, ਇੱਕ ਦਿਨ ਕਰਨਗੇ, 29 ਨੂੰ ਖਤਮ ਹੋ ਜਾਊਗਾ। ਇਹ 27, 28, 29 3 ਦਿਨ ਦਾ 2 ਦਿਨ ਦਾ ਸੈਸ਼ਨ ਨਹੀਂ, ਘੱਟੋ ਘੱਟ 10 ਦਿਨ ਦਾ ਸੈਸ਼ਨ ਰੱਖੋ, ਬੈਠ ਕੇ ਸਿਰ ਜੋੜਨ, ਸਾਰੇ ਆਪੋ ਆਪਣੀ ਗੱਲ ਕਹਿਣ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਸ ਕਿਸਮ ਦਾ ਜਿਹੜਾ ਮਾਹੌਲ ਬਣਿਆ ਹੋਇਆ, ਭਾਵੇਂ ਉਹ ਰੂਲਿੰਗ ਵੱਲੋਂ ਆ ਔਰ ਭਾਵੇਂ ਆਪੋਜੀਸ਼ਨ ਵੱਲੋਂ ਆ, ਉਹ ਬਹੁਤ ਹੀ ਨਿਰਾਸ਼ਾਜਨਕ ਆ। ਔਰ ਖਾਸ ਕਰ ਜ਼ਿੰਮੇਵਾਰੀ ਇਸ ਗੱਲ ਦੀ ਜਿਹੜੀ ਰੂਲਿੰਗ ਹੁੰਦੀ ਹੈ ਉਹਦੀ ਬਣ ਜਾਂਦੀ ਹੈ, ਭਾਵੇਂ ਜੋ ਮਰਜ਼ੀ ਹੋਵੇ, ਕਿ ਉਹ ਕੋਈ ਵੀ ਤੌਰ ਤਰੀਕੇ ਕੱਢਣ, ਵਿਦਡਰਾ ਕਰਨ ਦੀ ਲੋੜ ਨਹੀਂ ਹੈ, ਨਾਲ ਲੈ ਕੇ ਸਾਰਿਆਂ ਨੂੰ ਚੱਲਣ, ਔਰ ਆਪੋਜੀਸ਼ਨ ਵੀ ਆਪਣਾ ਇਹੋ ਜਿਹਾ ਮੂਡ ਬਣਾਵੇ ਕਿ ਲੋਕਾਂ ਵੀ ਦੁਬਾਰਾ ਵੀ ਲੋਕਾਂ 'ਚ ਜਾਣਾ ਆ। ਅਸੀਂ ਬਿਲਕੁਲ ਇਹ ਨਹੀਂ ਕਿ ਉੱਥੇ ਛਿੱਤਰ ਛਿੱਤਰੀ ਹੋ ਕੇ ਬਾਹਰ ਆ ਜਾਈਏ, ਨਾਅਰੇ ਮਾਰ ਕੇ ਬਾਹਰ ਆ ਜਾਈਏ, ਪੱਗਾਂ ਲਾ ਕੇ ਬਾਹਰ ਆ ਜਾਈਏ, ਇਹ ਕੰਮ ਬੰਦ ਹੋਣਾ ਚਾਹੀਦਾ। ਨਹੀਂ ਤਾਂ ਇਹ ਲੋਕ ਜਿਹੜੇ ਆ ਬਹੁਤ ਦੁਖੀ ਆ ਰਾਜਨੀਤਿਕ ਲੋਕਾਂ ਤੋਂ, ਦੇਸ਼ ਦੇ ਵਿੱਚ ਅਨਾਰਕੀ ਆਊਗੀ, ਪੰਜਾਬ ਦੇ ਵਿੱਚ ਵੀ ਬਹੁਤ। ਬਿਲਕੁਲ ਸਰ, ਕਿਤੇ ਨਾ ਕਿਤੇ ਜਿਹੜੇ ਜਿਹੜੇ ਮੇਨ ਏਜੰਡੇ ਆ, ਜਿਹੜੇ ਲੋਕਾਂ ਦੇ ਏਜੰਡੇ ਆ, ਜੋ ਲੋਕ ਚਾਹੁੰਦੇ ਆ ਕਿ ਇਹ ਡਿਵਲਪਮੈਂਟਸ ਜਿਹੜੀਆਂ ਉਹ ਪੰਜਾਬ ਦੇ ਅੰਦਰ ਹੋਣ, ਉਹ ਕਿਤੇ ਨਾ ਕਿਤੇ ਗੱਲ ਨਹੀਂ ਹੋ ਪਾਉਂਦੀ, ਜਿਸ ਕਰਕੇ ਆਰੋਪ ਪ੍ਰਤਿਆਰੋਪ ਦੀ ਜਿਹੜੀ ਰਾਜਨੀਤੀ ਹੈ ਉਹ ਸੈਸ਼ਨ ਦੇ ਵਿੱਚ ਸ਼ੁਰੂ ਹੁੰਦੀ ਹੈ, ਉਹਦਾ ਖਾਮਿਆਜ਼ਾ ਫਿਰ ਸੂਬੇ ਦੇ ਲੋਕਾਂ ਨੂੰ ਭੁਗਤਣਾ ਪੈਂਦਾ। ਬਿਲਕੁਲ ਸਹੀ ਕਿਹਾ ਤੁਸੀਂ ਮਨਜੀਤ ਸਿੰਘ ਜੀ। ਮੇਰੇ ਨਾਲ ਨੀਲ ਗਰਗ ਜੀ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ। ਨੀਲ ਗਰਗ ਜੀ, ਤੁਹਾਨੂੰ ਵੀ ਮੌਕਾ ਦਿੱਤਾ, ਪੰਜਾਬ ਦੇ ਲੋਕਾਂ ਨੂੰ ਓਪੋਜੀਸ਼ਨ ਪਾਰਟੀ ਬਣਾਇਆ ਤੁਹਾਨੂੰ, ਹੁਣ ਕੀ ਕੀ ਮੁੱਦੇ ਆ ਤੁਹਾਨੂੰ ਲੱਗਦਾ ਕਿ ਜੋ ਹਜੇ ਤੱਕ ਪੂਰੇ ਨਹੀਂ ਕਰ ਪਾਈ ਸਰਕਾਰ, ਹੋਰ ਉਹ ਕਰਨੇ ਚਾਹੀਦੇ ਉਹਨਾਂ ਨੂੰ? ਹਰਕੀਰ ਸਿੰਘ ਜੀ, ਮੈਂ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨਾਲ ਬਿਲਕੁਲ ਸਹਿਮਤ ਹੈਗਾ, ਬਿਲਕੁਲ ਸਹੀ ਗੱਲ ਹੈ। ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੈਗੇ ਆ, ਜਦੋਂ ਉਹ ਵਿਧਾਨ ਸਭਾ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਜਾਂਦੇ ਆ, ਲੋਕਾਂ ਨੇ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੁੰਦੀ ਹੈ ਕਿ ਉਹ ਲੋਕਾਂ ਦੇ ਜਿਹੜੇ ਮੁੱਦੇ ਹੈਗੇ ਆ ਉੱਥੇ ਵਿਧਾਨ ਸਭਾ ਦੇ ਵਿੱਚ ਲੈ ਕੇ ਜਾਣ ਜਾਂ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਣ, ਉੱਥੇ ਡਿਸਕਸ ਹੋਵੇ। ਤੁਹਾਨੂੰ ਯਾਦ ਹੋਏਗਾ ਥੋੜੇ ਦਿਨ ਪਹਿਲਾਂ ਹੀ ਜਿਹੜਾ ਸਾਡਾ ਜਿਹੜੇ ਕਿ ਕਿਉਂਕਿ ਅਸੀਂ ਜ਼ਿੰਮੇਵਾਰ ਇੱਕ ਅਪੋਜੀਸ਼ਨ ਪਾਰਟੀ ਹੈਗੇ ਆ, ਤੇ ਸਾਡੇ ਜਿਹੜੇ MLA ਸੀ ਉਹ ਬਕਾਇਦਾ ਜਿਹੜਾ ਹੈਗਾ ਰਾਜਪਾਲ ਨੂੰ ਸਪੀਕਰ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜਾ ਇਹ ਸੈਸ਼ਨ ਹੈ ਘੱਟੋ ਘੱਟ 10 ਦਿਨਾਂ ਦਾ ਹੋਣਾ ਚਾਹੀਦਾ, ਜਿਵੇਂ ਪ੍ਰੋਫੈਸਰ ਮਨਜੀਤ ਹੋਰਾਂ ਵੀ ਆਖਿਆ, ਬਿਲਕੁਲ ਸਹੀ ਗੱਲ ਹੈ। ਪਹਿਲਾ ਦਿਨ ਸ਼ਰਧਾਂਜਲੀ ਦੇ ਵਿੱਚ ਚਲਾ ਜਾਏਗਾ, ਅਗਲੇ 2 ਦਿਨਾਂ ਦੇ ਵਿੱਚ ਕੀ ਹੋਣਾ ਆ, ਜਦਕਿ ਬਹੁਤ ਸਾਰੇ ਮੁੱਦੇ ਐਸੇ ਹੈ ਜਿਨ੍ਹਾਂ ਮੁੱਦਿਆਂ ਦੇ ਉੱਤੇ ਬਹਿਸ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਹੋਣੀ ਚਾਹੀਦੀ ਹੈ। ਤੁਹਾਨੂੰ ਯਾਦ ਹੋਵੇਗਾ ਕਾਂਗਰਸ ਦਾ ਅੱਜ ਅਸੀਂ ਮੈਨੀਫੈਸਟੋ ਚੱਕ ਕੇ ਦੇਖ ਲਈਏ, ਦੂਜਾ ਦਿਨ ਅਸੀਂ ਇਹਨਾਂ ਦਾ ਮੈਨੀਫੈਸਟੋ ਚੱਕ ਕੇ ਦੇਖ ਲਈਏ, ਜਦੋਂ ਦੂਜਾ ਦਿਨ ਔਰ ਤੀਜਾ ਦਿਨ, ਦੂਜਾ ਔਰ ਜਿਹੜਾ ਤੀਜਾ ਦਿਨ ਹੈ ਸੈਸ਼ਨ ਦਾ, ਤੁਸੀਂ ਮੰਨਦੇ ਹੋ ਕਿ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਵੀ ਗੱਲ ਹੋਏਗੀ? ਹੌਟ ਟੌਪਿਕ ਬਣਿਆ ਹੋਇਆ ਹੈ ਵੀ ਕਿਦਾਂ ਸਰ? ਸਰ ਤੁਹਾਡੇ ਵਿਰੋਧੀ ਧਿਰ ਦੇ ਆਗੂ ਕਹਿ ਰਹੇ ਆ, ਜਿਹੜਾ ਕਿਸੇ ਮਰਜ਼ੀ ਮੁੱਦੇ ਤੇ ਬਹਿਸ ਤੇ ਕਰੋ ਨਾ, ਸੁਖਪਾਲ ਸਿੰਘ ਖਹਿਰਾ ਤੇ ਇਹ ਕਹਿ ਰਹੇ ਨੇ, ਤੇ ਆਓ ਸਾਡੇ ਨਾਲ ਬਹਿਸ ਕਰੋ ਇਸ ਮੁੱਦੇ ਦੇ ਉੱਤੇ, ਬਹਿਸ ਤੋਂ ਭੱਜ ਕੌਣ ਰਿਹਾ ਹੈਗਾ? ਲੇਕਿਨ ਅਸੀਂ ਤਾਂ ਬਲਕਿ ਇਹ ਕਹਿ ਰਹੇ ਹਾਂ ਜਦੋਂ ਕਾਂਗਰਸ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਇਹਨਾਂ ਦੇ ਜਿਹੜੀ, ਇੱਕ ਮਿੰਟ ਸਰ ਮੈਨੂੰ ਹਰਕੀਰ ਜੀ, ਮੈਨੂੰ ਆਪਣੀ ਗੱਲ ਪੂਰੀ ਕਰ ਲੈਂਦੇ ਹੋ ਜੀ, ਇਹ ਜਿਹੜੀ ਕਾਂਗਰਸ ਇਸ ਮੁੱਦਿਆਂ ਤੋਂ ਭੱਜ ਰਹੀ ਹੈ, ਇਹਨਾਂ ਨੇ ਬਹੁਤ ਸਾਰੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸੀ ਵੋਟਾਂ ਤੋਂ ਪਹਿਲਾਂ, ਲੋਕਾਂ ਨੂੰ ਕਿਸਾਨਾਂ ਨੂੰ ਆਖਿਆ ਸੀ ਤੁਹਾਡਾ ਕਰਜ਼ਾ ਮਾਫ ਕਰਾਂਗੇ, ਨੌਜਵਾਨਾਂ ਨੂੰ ਆਖਿਆ ਸੀ ਤੁਹਾਨੂੰ ਨੌਕਰੀ ਦੇਵਾਂਗੇ, ਤੁਹਾਨੂੰ ਮੋਬਾਈਲ ਦੇਵਾਂਗੇ, ਵਿਧਵਾ ਪੈਨਸ਼ਨ ਦੇਵਾਂਗੇ, ਠੀਕ ਹੈ ਨਾ, ਘਰ ਘਰ ਦੇ ਵਿੱਚ ਨੌਕਰੀ ਦੇਵਾਂਗੇ, ਕਿੱਥੇ ਨੇ ਉਹ ਮੁੱਦੇ ਅੱਜ ਜੀ? ਉਹ ਸਿਰਫ ਵੋਟਾਂ ਦੇ ਵਿੱਚ ਸਿਰਫ ਯਾਨੀ ਕਿ ਲਿਖਣ ਵਾਸਤੇ ਸੀ ਮੈਨੀਫੈਸਟੋ ਦੇ ਵਿੱਚ, ਚਲੋ ਨਾਲ ਹੀ ਅੱਜ ਇਸੇ ਕਰਕੇ ਭੱਜਦੇ ਇਸ ਕਰੋ। ਅੱਜ ਤੁਸੀਂ ਦੇਖੋ ਕਿੰਨੇ ਹੋਰ ਮੁੱਦੇ ਨੇ ਇਹਨਾਂ ਦੇ, ਅੱਜ ਸਿਰਫ ਪੱਗਾਂ ਦੇ ਰੰਗ ਬਦਲੇ ਔਰ ਕੁਛ ਨਹੀਂ ਬਦਲਿਆ। ਬਿਲਕੁਲ ਸਰ, ਅਕਾਲੀ ਦਲ ਸਰਕਾਰ ਵੇਲੇ ਹੁੰਦਾ ਸੀ ਅੱਜ ਉਹੀ ਹੁੰਦੇ ਆ, ਅੱਜ ਉਹੀ ਮਾਫੀਆ ਸਾਰੇ ਬਰਕਰਾਰ ਨੇ। ਕਰੈਕਟ ਹੈ ਸਰ, ਲੋਕਾਂ ਨੂੰ ਇਹੀ ਆਸ ਹੈ ਕਿ ਸੈਸ਼ਨ ਦੇ ਵਿੱਚ ਜਿਹੜੀ ਇੰਟਲੈਕਚੁਅਲ ਟਾਕ ਹੈ ਉਹ ਹੋਏ ਔਰ ਆਰੋਪ ਪ੍ਰਤੀਆਰੋਪ ਦੀ ਜਿਹੜੀ ਰਾਜਨੀਤੀ ਹੈ ਉਹ ਨਾ ਹੋਏ। ਕਮਲਜੀਤ ਸਿੰਘ ਜੀ, ਤੁਸੀਂ ਸੁਣ ਰਹੇ ਹੋਗੇ ਸਿਆਸੀ ਮਾਹਿਰ ਨੇ ਮਨਜੀਤ ਸਿੰਘ ਜੀ, ਉਹ ਵੀ ਇਹੀ ਕਹਿ ਰਹੇ ਨੇ ਕਿ ਕੀ ਮੁੱਦੇ ਤੁਸੀਂ ਇਸ ਵਾਰ ਲੈ ਕੇ ਜਾ ਰਹੇ ਹੋ, ਔਰ ਨੀਲ ਗਰਗ
ਕੀ ਗੱਲਾਂ ਕਰੋਗੇ, ਕੀ ਏਜੰਡਾ ਤੁਹਾਡੇ ਇਸ ਵਾਰ ਦੇ ਇਜਲਾਸ ਦਾ? ਗੱਲਾਂ ਤਾਂ ਜੀ ਹਰਕੀਰਤ ਜੀ ਵਿਰੋਧੀ ਧਿਰ ਨੇ ਕਰਨੀਆਂ ਹੁੰਦੀਆਂ, ਅਸੀਂ ਤਾਂ ਆਪਦੀਆਂ ਪ੍ਰਾਪਤੀਆਂ ਦੱਸਾਂਗੇ ਅਸੀਂ 6 ਮਹੀਨਿਆਂ 'ਚ ਕੀਤਾ ਕੀ ਆ ਜੀ। ਬਹਿਸ ਹੋਊਗੀ ਤਿੰਨਾਂ ਦਿਨਾਂ ਦਾ ਸੈਸ਼ਨ, ਦੇਖ ਲਿਓ, ਦੇਖ ਲਾਂਗੇ ਕੀ ਕਰਦੇ ਆ, ਦੁੱਧ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਣਾ। ਚਲੋ ਮੈਨੂੰ 8 ਮਹੀਨੇ ਦੀ ਪ੍ਰਾਪਤੀ ਸਰ ਥੋੜੀ ਬਹੁਤ ਦੱਸ ਦਿਓ ਮੈਨੂੰ ਵੀ, ਜਿਹੜੇ ਦਰਸ਼ਕ ਤੁਹਾਨੂੰ ਵੇਖ ਰਹੇ ਹੋ ਉਹ ਵੀ ਸੁਣ ਲੈਣਗੇ। ਹਾਂਜੀ ਸਰ, ਹਰਕੀਰਤ ਸਿੰਘ ਜੀ ਬੋਲ ਰਿਹਾ ਸਰ, ਜਿਹੜੀ 8 ਮਹੀਨੇ ਦੀ ਤੁਹਾਡੀ ਪ੍ਰਾਪਤੀਆਂ ਹੈ ਥੋੜਾ ਸਾਨੂੰ ਵੀ ਦੱਸ ਦਿਓ, ਹੋਰ ਤੁਸੀਂ ਦਰਸ਼ਕਾਂ ਨੂੰ ਵੀ ਦੱਸ ਦਿਓ ਸਰ। ਤੁਹਾਨੂੰ ਪਤਾ ਹੀ ਹੈ ਸਾਰੀਆਂ ਪ੍ਰਾਪਤੀਆਂ ਕਿ ਕਿੰਨਾ ਕਿੰਨੇ ਔਖੇ ਸਮੇਂ ਦੇ ਵਿੱਚ ਹੋਣ ਦੇ ਬਾਵਜੂਦ ਵੀ ਅਸੀਂ ਕਿਵੇਂ ਕਰਜ਼ਾ ਮਾਫ ਕੀਤਾ ਹੈ। ਔਖੇ ਸਮੇਂ ਦੇ ਵਿੱਚ ਗੁਜ਼ਰਦੇ ਆ ਵੀ ਅਸੀਂ ਨੌਕਰੀਆਂ ਵਾਲੀ ਦੇਣ ਦੀ ਪਹਿਲ ਕੀਤੀ ਆ, ਹਜੇ ਤਾਂ 6 ਮਹੀਨੇ ਹੋਏ ਆ, 6 ਮਹੀਨਿਆਂ ਦੇ ਕਾਰਜਕਾਲ ਤੇ ਬਾਕੀ ਜਿਹੜੀ ਇਹ ਆਮ ਆਦਮੀ ਪਾਰਟੀ ਵਾਲੇ ਗੱਲਾਂ ਕਰਦੇ ਆ ਕਿ ਜੀ ਅਸੀਂ ਵਿਧਾਨ ਸਭਾ ਦਾ ਸੈਸ਼ਨ ਤੁਸੀਂ 3 ਦਿਨ ਦੀ ਬਜਾਏ ਭਾਵੇਂ 10 ਦਿਨ ਦਾ ਰੱਖ ਲਓ, ਇਹਨਾਂ ਨੇ ਤਾਂ ਇਹਨਾਂ ਦੇ ਇੱਕ ਬੈਂਸ ਆ ਤੇ ਇੱਕ ਖਹਿਰਾ ਹੈ, ਇਹਨਾਂ ਨੇ ਤਾਂ ਧਰਨੇ ਤੇ ਬਹਿਣਾ ਹੈ, ਨਾਰੇ ਲਾਉਣੇ, ਇਹਨਾਂ ਨੇ ਨਕਲੀ ਇਨਕਲਾਬੀ ਲੋਕ ਨੇ ਇਹਨਾਂ ਨੇ ਲੋਕਾਂ ਨੂੰ ਇਹਨਾਂ ਨੇ ਸੈਸ਼ਨ ਚੱਲਣ ਥੋੜੀ ਦੇਣਾ, ਚਾਹੇ ਮਹੀਨਾ ਰੱਖ ਲਓ, ਲੋਕਾਂ ਤੇ ਬੋਝ ਹੀ ਪਾਉਣਾ ਵਾਧੂ ਖਜ਼ਾਨੇ ਤੇ, ਕੋਈ ਇਹਨਾਂ ਨੇ ਸਿਆਣਪ ਥੋੜੀ ਕਰਨੀ ਹੈ, ਕਿਉਂਕਿ ਅਣਜਾਣ ਲੋਕਾਂ ਦਾ ਦਾਅ ਲੱਗ ਗਿਆ MLA ਬਣ ਗਏ, ਹੁਣ ਪਾਰਲੀਮੈਂਟ ਦੀਆਂ ਚੋਣਾਂ 'ਚ ਨਿਕਲ ਜੂ ਭੂਤ ਇਹਨਾਂ ਦਾ, ਜਾਂ ਸਰਪੰਚੀਆਂ 'ਚ ਨਿਕਲ ਜੂ, ਕਾਰਪੋਰੇਸ਼ਨ ਦੀਆਂ ਚੋਣਾਂ 'ਚ ਪਤਾ ਲੱਗ ਜੂ ਵੀ ਲੋਕ ਕਿੰਨੇ ਕੁ ਨਾਲ ਇਹਨਾਂ ਦੇ, ਕਿੰਨੀ ਕੁ ਸਿਆਣਪ ਇਹਨਾਂ ਦੀ। 3.5 ਸਾਲ ਦਾ ਕਾਰਜਕਾਲ ਹੋ ਗਿਆ ਦਿੱਲੀ ਦੇ ਵਿੱਚ ਇਹਨਾਂ ਦਾ, ਤੇ ਜਦੋਂ ਪਹਿਲਾਂ ਸ਼ਾਇਦ ਅਸੀਂ ਦਿੱਲੀ ਦੇ ਵਿੱਚ ਅੱਜ ਇਹ ਗੱਲਾਂ ਕਰਦੇ ਹਾਂ, ਪੱਗਾਂ ਲਾਉਣ ਦੀਆਂ ਧੱਕਾ ਮੁੱਕੀ ਦੀਆਂ, 3 MLA ਆ BJP ਦੇ, ਇਹਨਾਂ ਨੇ ਲੱਤਾਂ ਬਾਹਾਂ ਤੋਂ ਫੜ ਕੇ ਘੜੀਸ ਕੇ ਬਾਹਰ ਸਿੱਟੇ ਸੀ, ਫੋਟੋਆਂ ਵੀ ਹੈਗੀਆਂ, ਫੁਟੇਜ ਵੀ ਹੈਗੀ, ਤੁਹਾਨੂੰ ਜੇ ਕਹੋਗੇ ਤਾਂ ਮੈਂ ਦਿਖਾ ਦੂੰ। ਕਮਲ ਜੀ ਤੁਹਾਡੇ ਤੋਂ ਮੈਂ ਪ੍ਰਾਪਤੀਆਂ ਸੁਣਨਾ ਚਾਹੁੰਦਾ ਸੀਗਾ ਕਿ ਤੁਸੀਂ ਪ੍ਰਾਪਤੀਆਂ ਦੀ ਗੱਲ ਕਰ ਰਹੇ ਸੀ, ਫਿਰ ਵਿੱਚ ਗੱਲ ਕਰਦੇ 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 ਤੁਸੀਂ ਨਿਸ਼ਾਨੇ ਤੇ ਆ ਗਏ, ਫਿਰ ਉਹੀ ਰਾਜਨੀਤੀ ਸ਼ੁਰੂ ਹੋ ਗਈ, ਔਰ ਉਹੀ ਮਨਜੀਤ ਸਿੰਘ ਜੀ ਗੱਲ ਕਰ ਰਹੇ ਸੀ ਕਿ ਇਹੀ ਗੱਲ ਕਰਦੇ ਕਰਦੇ ਇਹ ਗੱਲ ਪਹੁੰਚ ਜਾਂਦੀ ਹੈ ਆਰੋਪ ਪ੍ਰਤਿਆਰੋਪ ਦੀ ਰਾਜਨੀਤੀ ਦੇ ਉੱਤੇ, ਔਰ ਜਿਹੜੇ ਸੂਬੇ ਦੇ ਲੋਕਾਂ ਦੇ ਮੁੱਦੇ ਨੇ ਉਹ ਰਹਿ ਜਾਂਦੇ ਆ। ਚਲੋ ਨੀਲ ਗਰਗ ਜੀ ਜਿਹੜੀ ਗੱਲ ਕਹਿ ਰਹੇ ਨੇ ਕਮਲਜੀਤ ਜੀ ਕਿ ਤੁਹਾਡੀ ਪਾਰਟੀ ਦਾ ਏਜੰਡਾ ਸਿਰਫ ਮੁੱਦਿਆਂ ਤੋਂ ਭਟਕਣਾ ਹੈ ਔਰ ਧਰਨਾ ਦੇਣਾ ਹੈ, ਲੋਕਾਂ ਦੇ ਬਾਰੇ ਨਹੀਂ ਸੋਚਣਾ, ਸੂਬੇ ਦੇ ਲੋਕਾਂ ਦੇ ਲਈ ਤੁਸੀਂ ਜਿਹੜੇ ਉਹ ਸੀਰੀਅਸ ਨਹੀਂ ਹੋ, ਕੀ ਕਹਿਣਾ ਚਾਹੋਗੇ ਸਰ? ਹਰਕੀਰਤ ਜੀ, ਕਮਲਜੀਤ ਸਿੰਘ ਜੀ ਕਹਿ ਰਹੇ ਨੇ ਆਪਣੇ ਕਾਂਗਰਸ ਦੇ ਮੇਰੇ ਵੀਰ ਵੱਡੇ ਵੀਰ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੰਮ ਧਰਨੇ ਲਾਉਣਾ ਹੈਗਾ। ਹਾਂ, ਅਸੀਂ ਲੋਕਾਂ ਦੀ ਆਵਾਜ਼ ਬੰਦੇ ਹਾਂ, ਲੋਕਾਂ ਦੀ ਆਵਾਜ਼ ਉਠਾਉਂਦੇ ਹਾਂ, ਜੇਕਰ ਅਸੀਂ ਬਹਿਸ ਨਾ ਕਰਨੀ ਹੋਵੇ ਤਾਂ ਅਸੀਂ 10 ਦਿਨਾਂ ਦੀ ਡਿਮਾਂਡ ਕਿਉਂ ਕਰੀਏ ਕਿ ਜਿਹੜਾ ਘੱਟੋ ਘੱਟ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਸੈਸ਼ਨ ਆ ਰਿਹਾ ਹੈਗਾ ਉਹ ਘੱਟੋ ਘੱਟ 10 ਦਿਨਾਂ ਦਾ ਹੋਵੇ। ਅਸੀਂ ਚਾਹੁੰਦੇ ਹਾਂ ਇਹ ਮੁੱਦਿਆਂ ਦੇ ਉੱਤੇ ਬਹਿਸ ਹੋਵੇ, ਬਲਕਿ ਅਸੀਂ ਇੱਕ ਹੋਰ ਕਹਿ ਅਸੀਂ ਮੰਗ ਰੱਖੀ ਹੈ ਕਿ ਇਹਨਾਂ ਦੀ ਲਾਈਵ ਜਿਹੜੀ ਹੈ ਟੈਲੀਕਾਸਟ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਉੱਥੋਂ ਲੋਕਾਂ ਦੇ ਨੁਮਾਇੰਦੇ ਬੈਠੇ ਉਹ ਕੀ ਗੱਲ ਕਰਦੇ, ਕੀ ਮੁੱਦੇ ਰੱਖਦੇ ਆ ਤੇ ਕੀ ਉਹਨਾਂ ਦਾ ਨੌਲੇਜ ਲੈਵਲ, ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਇਹ ਸਾਨੂੰ ਕਹਿੰਦੇ ਨਾ ਅਣਜਾਣ, ਅਣਜਾਣ ਲੋਕਾਂ ਦੇ ਹੱਥ ਯਾਨੀ ਕਿ ਲੱਗ ਗਈ ਤੇ MLA ਬਣ ਗਏ ਆ, ਇਹਨਾਂ ਅਣਜਾਣ ਲੋਕਾਂ ਨੇ ਹੀ ਇਹਨਾਂ ਨੂੰ ਰਾਜਨੀਤੀ ਸਿਖਾਉਣੀ ਆ। ਅਹਿਮ ਸਵਾਲ ਹੈ ਕਮਲ ਜੀ ਜੀ, ਇਹ ਲਗਾਤਾਰ ਮੰਗ ਨਜ਼ਰ ਆ ਰਹੀ ਹੈ ਦਿੱਲੀ ਦੀ, ਕਰਦੇ ਵੀ ਦਿੱਲੀ ਬਾਰੇ ਕਿੰਨੂੰ ਨਹੀਂ ਪਤਾ, ਅੱਜ ਦਿੱਲੀ ਦੀ ਹੈਲਥ, ਅੱਜ ਦਿੱਲੀ ਦਾ ਹੈਲਥ ਸਿਸਟਮ, ਅੱਜ ਦਿੱਲੀ ਦਾ ਐਜੂਕੇਸ਼ਨ ਸਿਸਟਮ ਕਿਸ ਤੋਂ ਲੁਕਿਆ ਹੋਇਆ। ਚਲੋ ਦਿੱਲੀ ਦੀ ਗੱਲ ਨਹੀਂ ਕਰਦੇ ਸਰ, ਚਲੋ ਪੰਜਾਬ ਦੀ ਗੱਲ ਕਰ ਲੈਣੇ, ਦਿੱਲੀ ਦੀ ਗੱਲ ਕਰਨ ਲਈ ਹੋਰ ਵੀ ਨੁਮਾਇੰਦੇ ਨੇ ਔਰ ਦਿੱਲੀ ਦੀ ਗੱਲ ਕਰ ਰਹੇ ਨੇ, ਲੇਕਿਨ ਲੈਟਸ ਟਾਕ ਅਬਾਊਟ ਪੰਜਾਬ, ਲੈਟਸ ਟਾਕ ਅਬਾਊਟ ਪੰਜਾਬ ਪੀਪਲ, ਵਟ ਦੇ ਆਰ ਸਫਰਿੰਗ ਫਰੋਮ ਐਂਡ ਵਟ ਦੇ ਆਰ ਸੈਕਰੀਫਾਈਜ਼ਿੰਗ, ਲੈਟਸ ਟਾਕ ਅਬਾਊਟ ਪੰਜਾਬ, ਛੱਡ ਦਿੰਦੇ ਹਾਂ ਦਿੱਲੀ ਨੂੰ ਸਰ। ਕਮਲਜੀਤ ਜੀ ਇੱਕ ਅਹਿਮ ਗੱਲ ਇਹ ਬਣੀ ਹੋਈ ਹੈ, ਕਿਉਂ ਨਹੀਂ ਲਾਈਵ ਟੈਲੀਕਾਸਟ ਜਿਹੜੀ ਤੁਸੀਂ ਕਰਾ ਰਹੇ ਹੋ, ਔਰ ਇਜਲਾਸ ਵੀ 3 ਦਿਨ ਦਾ ਰੱਖਿਆ ਹੋਇਆ, ਥੋੜ੍ਹਾ ਵਧਾ ਕੇ ਥੋੜ੍ਹੇ 3-4 ਦਿਨ ਹੋਰ ਵਧਾ ਕੇ ਰੱਖਦੇ, 5-6 ਦਿਨ ਦਾ ਜਾਂ 7 ਦਿਨ ਦਾ ਇਜਲਾਸ ਰੱਖਿਆ ਜਾਣਾ ਚਾਹੀਦਾ ਸੀਗਾ। ਚਲੋ ਮੈਂ ਇਸ ਗੱਲ ਨੂੰ ਇਹਨਾਂ ਦੇ ਨਾਲ ਪ੍ਰੋੜਤਾ ਕਰਦਾ, ਹੋ ਸਕਦਾ ਗੱਲ ਜਾਇਜ਼ ਹੋਵੇ, ਮੰਗ ਜਾਇਜ਼ ਹੋਵੇ, ਪਰ ਮੈਂ ਇੱਕ ਗੱਲ ਇਹ ਵੀ ਨਾਲ ਕਲੀਅਰ ਕਰਦੇ ਆ ਕਿ ਜਿਹੜਾ ਵੀ ਸਵਾਲ ਉੱਥੇ ਬੋਲਿਆ ਜਾਂਦਾ, ਕਿਉਂਕਿ ਮੇਰੇ ਮੇਰੇ ਪਿਤਾ ਜੀ 4 ਵਾਰ ਵਿਧਾਨ ਸਭਾ 'ਚ ਗਏ ਆ MLA ਬਣ ਕੇ, ਹੁਣ 4th ਵਾਰ ਗਏ ਆ, 7th ਵਾਰ ਚੋਣ ਲੜ ਚੁੱਕੇ ਆ, ਮੈਨੂੰ ਇਸ ਗੱਲ ਦਾ ਰਿਕਾਰਡ ਮੇਰੇ ਕੋਲ ਘਰੇ ਬਹੁਤ ਪਿਆ। ਹੁਣ ਤੱਕ ਉਹਨਾਂ ਨੇ ਜੋ ਵੀ ਮੁੱਦੇ ਸਰਕਾਰ ਦੇ ਵਿੱਚ ਰਹਿੰਦਿਆਂ ਹੋਏ ਆਪਦੇ ਹਲਕੇ ਲਈ ਚੱਕੇ, ਜਾਂ ਸਰਕਾਰ ਤੋਂ ਬਾਹਰ ਰਹਿ ਕੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਰਹਿੰਦਿਆਂ ਚੱਕੇ ਸਵਾਲ, ਉਹਨਾਂ ਸਵਾਲਾਂ ਦੇ ਵੱਡੇ ਵੱਡੇ
ਬੰਡਲ ਮੇਰੇ ਕੋਲ ਪਏ ਆ, ਲਿਖਤੀ ਰੂਪ ਦੇ ਵਿੱਚ ਸਵਾਲ ਛਪਦੇ ਆ, ਲਿਖਤੀ ਰੂਪ ਚ ਬਣਦੇ ਆ, ਔਰ ਹਲਕੇ ਦਾ ਵਿਧਾਇਕ ਜਿਹੜਾ ਹੁੰਦਾ ਉਹ ਹਲਕੇ ਦੇ ਲੋਕਾਂ ਨੂੰ ਦਿਖਾ ਸਕਦਾ ਕਿ ਮੇਰੀ ਆਹ ਕਾਰਗੁਜ਼ਾਰੀ ਹੈ 5 ਸਾਲ ਦੀ ਜਾਂ 6 ਮਹੀਨੇ। ਸਰ ਮੈਂ ਪੁੱਛ ਰਿਹਾ ਕਿ ਲਾਈਵ ਟੈਲੀਕਾਸਟ ਦੀ ਗੱਲ ਕਹਿ ਰਹੇ ਨੇ ਵਿਰੋਧੀ ਧਿਰ ਵੱਲੋਂ, ਔਰ ਮੀਡੀਆ ਵੀ ਕਹਿ ਰਹੀ ਹੈ ਕਿ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਤਾਂ ਕਿ ਲੋਕਾਂ ਦੇ ਕੋਲ ਜਿਹੜੀ ਵਿਧਾਨ ਸਭਾ ਦੇ ਵਿੱਚ ਗੱਲਾਂ ਹੋ ਰਹੀਆਂ ਉਹ ਜਾਣੀਆਂ, ਜਨਤਕ ਹੋਣੀਆਂ ਬੇਹੱਦ ਜ਼ਰੂਰੀਆਂ ਹਨ। ਮੈਂ ਕਿਹਾ ਜੀ ਕੱਲੀ ਕੱਲੀ ਗੱਲ ਜਨਤਕ ਹੁੰਦੀ ਹੈ, ਜਿਹੜਾ ਰਿਕਾਰਡ ਲਿਖਤੀ ਰੂਪ ਦੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਵੀ ਜਿਹੜਾ ਲਿਖਤੀ ਰੂਪ ਦੇ ਵਿੱਚ ਉਹ ਵੀ ਜਨਤਕ ਹੁੰਦਾ, ਪ੍ਰੈਸ ਦੇ ਸਾਥੀ ਉੱਥੇ ਬੈਠੇ ਹੁੰਦੇ ਆ, ਸਾਰਾ ਮੀਡੀਆ ਉੱਥੇ ਬੈਠਾ ਹੁੰਦਾ, ਉਹ ਕੱਲੀ ਕੱਲੀ ਗੱਲ ਆ ਕੇ ਆਪਦੇ ਅਖਬਾਰਾਂ ਦੇ ਰਾਹੀਂ ਆਪਦੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਲੋਕਾਂ ਨੂੰ ਦੱਸ ਰਿਹਾ। ਟੈਲੀਕਾਸਟ ਕਰਨ 'ਚ ਪ੍ਰੋਬਲਮ ਕੀ ਹੈ? ਨਹੀਂ ਕੋਈ ਪ੍ਰੋਬਲਮ ਨਹੀਂ, ਮੈਂ ਉਹੀ ਦੱਸ ਰਿਹਾ ਤੁਹਾਨੂੰ ਕਿ ਹੋ ਸਕਦਾ ਸਰਕਾਰ ਦੇ ਬੰਦੋਬਸਤ ਨਾ ਹੋਣ ਤੇ ਆਉਣ ਵਾਲੇ ਸੈਸ਼ਨ ਦੇ ਵਿੱਚ ਅਸੀਂ ਵੀ ਇਹ ਗੱਲ ਦੀ, ਅਸੀਂ ਤਾਂ ਕਹਿੰਦੇ ਹਾਂ ਇਹ ਗੱਲ ਹੋਣੀ ਚਾਹੀਦੀ। ਮੰਨਦਾ ਇਸ ਗੱਲ ਦਾ, ਮੈਂ ਪਰਸਨਲੀ ਤੌਰ ਤੇ ਗੱਲ ਕਹਿਣਾ ਵੀ ਹਾਂ ਹੋਣੀ ਚਾਹੀਦੀ ਆ, ਲਾਈਵ ਟੈਲੀਕਾਸਟ ਹੋਣਾ ਚਾਹੀਦਾ। ਸਰ ਤੇ ਤੁਸੀਂ ਜਰੂਰ ਪੈਰੋਕਾਰਾਂ ਦੇ, ਆਪਣੇ ਕਾਂਗਰਸ ਦੇ ਪੈਰੋਕਾਰਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਹੁੰਚਾਓ ਕਿ ਲਾਈਵ ਟੈਲੀਕਾਸਟ ਹੋਣੀ ਬੇਹੱਦ ਜ਼ਰੂਰੀ ਹੈ ਤਾਂ ਕਿ ਹਰ ਕਿਸੇ ਦੇ ਕੋਲ ਜਿਹੜੇ ਗੱਲਾਂ ਨੇ ਵਿਧਾਨ ਸਭਾ ਦੇ ਅੰਦਰ ਉਹ ਜ਼ਰੂਰ ਪਹੁੰਚਣ। ਇਜਲਾਸ ਤੋਂ ਆਸ ਇਸ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਾਂ, ਮੇਰੇ ਨਾਲ ਪੈਨਲਿਸਟ ਮੌਜੂਦ ਨੇ, ਮਨਜੀਤ ਸਿੰਘ ਜੀ ਨੇ, ਮੇਰੇ ਨਾਲ ਨੀਲ ਗਗਨ ਜੀ ਨੇ, ਮੇਰੇ ਨਾਲ ਕਮਲਜੀਤ ਸਿੰਘ ਜੀ ਨੇ ਕਾਂਗਰਸ ਦੇ ਬੁਲਾਰੇ ਨੇ, ਕਮਲਜੀਤ ਸਿੰਘ ਜੀ, ਨੀਲ ਗਗਨ ਜੀ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ, ਔਰ ਮਨਜੀਤ ਸਿੰਘ ਜੀ ਨੇ। ਮਨਜੀਤ ਸਿੰਘ ਜੀ ਨੇ ਬਹੁਤ ਵਧੀਆ ਗੱਲ ਕਹੀ ਸੀ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਕਿ ਜਿਹੜੇ ਲੋਕਾਂ ਦੇ ਮੁੱਦੇ ਹੈ ਉਹ ਵਿੰਟਰ ਸੈਸ਼ਨ ਯਾਨੀ ਕਿ ਇਜਲਾਸ ਦੇ ਵਿੱਚ ਜੋ ਹੋਣ ਜਾ ਰਿਹਾ ਉਹਦੇ ਵਿੱਚ ਇਸ ਤੋਂ ਪਹਿਲਾਂ ਵੀ ਰਹਿ ਗਏ ਸੀਗੇ, ਹੋਰ ਕਿੱਥੇ ਨਾ ਕਿੱਥੇ ਅਰੋਪ ਪ੍ਰਤੀਰੋਧ ਦੀ ਜਿਹੜੀ ਰਾਜਨੀਤੀ ਸੀਗੀ ਉਹ ਹੋਈ ਸੀਗੀ, ਕਈ ਅਸੀਂ ਘਮਾਸਾਨ ਵੀ ਸਾਨੂੰ ਵੇਖਣ ਨੂੰ ਮਿਲਿਆ ਸੀਗਾ, ਲੜਾਈ ਵੀ ਸਾਨੂੰ ਵੇਖਣ ਨੂੰ ਮਿਲੀ ਸੀਗੀ ਇੱਕ ਦੂਜੇ ਦੇ ਉੱਤੇ ਐਰੋ। ਲੱਗਦਾ ਕੋਈ ਟੈਕਨੀਕਲ ਪ੍ਰੋਬਲਮ ਦੀ ਵਜ੍ਹਾ ਨਾਲ ਸ਼ਾਇਦ ਆਵਾਜ਼ ਨਹੀਂ ਜਾ ਪਾ ਰਹੀ ਸੀਗੀ, ਹੁਣ ਠੀਕ ਹੋਈ ਹੈ। ਅਤੇ ਮਨਜੀਤ ਸਿੰਘ ਜੀ, ਮੈਂ ਹੁਣ ਤੁਹਾਡੇ ਤੋਂ ਲੈਣਾ ਚਾਹੂੰਗਾ, ਇਹ ਗੱਲ ਪੁੱਛਣਾ ਚਾਹੂੰਗਾ ਕਿ ਬੜੀ ਬਿਹਤਰੀਨ ਗੱਲ ਤੁਸੀਂ ਮੈਨੂੰ ਕਹੀ ਸੀਗੀ ਕਿ ਜਿਹੜੇ ਲੋਕਾਂ ਦੇ ਮੁੱਦੇ ਆ ਉਹ ਕਿੱਥੇ ਨਾ ਕਿੱਥੇ ਰਹਿ ਜਾਂਦੇ ਆ, ਔਰ ਤੁਸੀਂ ਹੁਣੇ ਵੇਖਿਆ ਥੋੜ੍ਹੀ ਦੇਰ ਪਹਿਲਾਂ ਵੀ ਤੁਹਾਡੇ ਸਾਹਮਣੇ ਹੀ ਕਮਲਜੀਤ ਸਿੰਘ ਜੀ ਔਰ ਨੀਲ ਗਗਨ ਜੀ ਪਾਰਟੀ ਦੇ ਨੁਮਾਇੰਦੇ ਨੇ, ਲੇਕਿਨ ਗੱਲ ਏਜੰਡੇ ਦੀ ਹੁੰਦੇ ਹੁੰਦੇ ਫਿਰ ਉਹ ਆਰੋਪ ਪ੍ਰਤੀਰੋਪ ਦੀ ਰਾਜਨੀਤੀ ਦੇ ਵੱਲ ਤੁਰ ਪੈਂਦੀ ਹੈ। ਬਾਰੇ ਜਾਣਦੇ ਹਾਂ ਜੋ ਦੇਸ਼ ਦੇ ਵਿੱਚ ਹੀ ਪਾਰਟੀਆਂ ਦੇ ਕਿਰਦਾਰ ਦੇਖ ਰਹੇ ਹਾਂ, ਇਸ ਵਾਰੀ ਜਿੰਨਾ ਇਹ ਭਿਆਨਕ ਸੈਸ਼ਨ ਹੋਣ ਜਾ ਰਿਹਾ ਉਹਦੇ ਹਾਲਾਤ ਹੁਣ ਤੋਂ ਹੀ ਨਜ਼ਰ ਆ ਰਹੇ ਆ। ਅਕਾਲੀ ਪਾਰਟੀ ਦੇ ਪ੍ਰਧਾਨ ਅਤੇ ਉਹਨਾਂ ਦੇ ਹੋਰ ਕਰਿੰਦੇ ਸਾਰੇ ਰੋਜ਼ ਅਖਬਾਰਾਂ 'ਚ ਅਤੇ ਚੈਨਲਾਂ 'ਤੇ ਕਹਿ ਰਹੇ ਆ ਔਰ ਪਬਲਿਕ ਪ੍ਰੋਟੈਸਟ ਕਰ ਰਹੇ ਆ, ਪੁਤਲੇ ਸ਼ਾਹ ਸਾੜੇ ਜਾ ਰਹੇ ਆ ਖਹਿਰਾ ਜੀ ਦੇ, ਕਿ ਇਹਨਾਂ ਨੂੰ ਫਿਰ ਗਵਰਨਰ ਤੱਕ ਮਿਲ ਆਏ ਆ ਕਿ ਇਹਨਾਂ ਨੂੰ ਛੇਤੀ ਲਾਹ ਦਿੱਤਾ ਜਾਵੇ ਲੀਡਰ ਆਫ ਆਪੋਜੀਸ਼ਨ ਤੋਂ। ਇਹਦੇ ਨਾਲ ਉਹ ਮਾੜਾ ਕੋਈ ਬੰਦਾ ਨਹੀਂ, ਇਹਨੂੰ ਤਾਂ ਇੱਕ ਪਲ ਨਹੀਂ ਰੱਖਣਾ ਚਾਹੀਦਾ। ਠੀਕ ਹੈ ਉਹਨਾਂ 'ਤੇ ਦੋਸ਼ ਲੱਗਾ, ਵੱਡੇ ਬਾਦਲ ਸਾਹਿਬ ਨੇ ਖੁਦ ਹੀ, ਜਿਹੜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਕਹਿਤਾ ਵੀ ਇੱਡੀ ਕਾਹਦੀ ਕਾਹਲੀ ਆ, ਕਾਹਨੂੰ ਇੰਨਾ ਰੌਲਾ ਪਾਉਂਦੇ ਆ, ਕੋਰਟ ਵਿੱਚ ਕੇਸ ਆ, ਜਦੋਂ ਫੈਸਲਾ ਹੋਊ ਦੇਖੀ ਜਾਊ। ਮੇਰਾ ਖਿਆਲ ਐਟੀਚਿਊਡ 'ਤੇ ਜੇ ਤੁਸੀਂ ਪੈਰਿਟੀ ਦੀ ਗੱਲ ਦੇਖੋ ਤਾਂ ਇਹੋ ਹੀ ਹੋਣਾ ਚਾਹੀਦਾ, ਨਹੀਂ ਤਾਂ ਜੇ ਤੁਸੀਂ ਬਿਲਕੁਲ ਹੀ, ਆਪਾਂ ਚਾਹੁੰਦੇ ਹਾਂ ਕਿ ਦਿਲੋਂ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਰਾਜਨੀਤੀ ਆ ਉਹ ਭ੍ਰਿਸ਼ਟ ਮੁਕਤ ਹੋਣੀ ਚਾਹੀਦੀ ਹੈ, ਇਹੋ ਜਿਹੇ ਭ੍ਰਿਸ਼ਟ ਬੰਦੇ ਨਹੀਂ ਹੋਣੇ ਚਾਹੀਦੇ, ਤਾਂ ਜਿੰਨੇ ਵੀ ਕ੍ਰਿਮੀਨਲ ਕੇਸ ਜਿਨ੍ਹਾਂ ਦੇ ਵੀ ਲੀਡਰਾਂ ਦੇ ਉੱਤੇ ਪਹਿਲਾਂ ਉਹਨਾਂ ਤੋਂ ਰਿਜਾਇਨ ਕਰਾਓ ਸਾਰਿਆਂ ਦੇ। ਮੈਂ ਕੋਈ ਖਹਿਰੇ ਦਾ ਵਕੀਲ ਨਹੀਂ, ਨਾ ਮੈਂ ਖਹਿਰਾ ਸਾਹਿਬ ਨੂੰ ਕੋਈ ਡਿਫੈਂਡ ਕਰਨਾ ਚਾਹੁੰਦਾ, ਮੇਰੀ ਤਾਂ ਇੰਨੀ ਬੇਨਤੀ ਆ ਵੀ ਇੱਕੋ ਗੱਲ ਨੂੰ ਲੈ ਕੇ ਤੁਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਇੱਕ ਪਾਸੇ ਰੱਖ ਦਿੰਦੇ ਆ ਔਰ ਉਹਦੇ ਤੇ ਡੰਡਾ ਚੁੱਕ ਕੇ ਕਾਨੂੰਨ ਬਣਿਆ ਹੋਇਆ ਕਰੇਗਾ ਫੈਸਲਾ। ਇਹ ਗੱਲ ਮਾੜੀ ਹੈਗੀ ਆ, ਇਸ ਤਰ੍ਹਾਂ ਨਹੀਂ, ਹੁਣ ਵਾਲੇ ਸੈਸ਼ਨ 'ਚ ਵੀ ਇਹੋ ਹੀ ਹੋਣਾ, ਤੁਸੀਂ ਦੇਖ ਲਿਓ, ਕਿਉਂਕਿ ਮਾਹੌਲ ਪਹਿਲਾਂ ਹੀ ਬਣਾ ਦਿੱਤਾ ਗਿਆ ਲਾ। ਉਧਰੋਂ ਆਮ ਆਦਮੀ ਪਾਰਟੀ ਨੇ ਵੀ ਪੂਰੀ ਤਿਆਰੀ ਕਰਕੇ ਜਾਣਾ ਕਿ ਇਹਨਾਂ ਨੇ ਆਪਣਾ ਮੈਸੇਜ ਕਿਵੇਂ ਦੇਣਾ, ਵੀ ਇਹ ਮੁੱਦਿਆਂ ਦੀ ਤਾਂ ਗੱਲ ਤੁਸੀਂ ਭੁੱਲੇ ਜਾਓ। ਇਸ ਕਰਕੇ ਮੈਨੂੰ ਲੱਗਦਾ ਕੋਈ ਨਾ ਕੋਈ ਹੱਲ ਜ਼ਰੂਰ ਇਹਦਾ ਨਿਕਲਣਾ ਚਾਹੀਦਾ, ਔਰ ਇੱਕ ਹੱਲ ਜਿਹੜਾ ਗਗਨ ਜੀ ਵੀ ਕਹਿ ਰਹੇ ਆ, ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ, ਜੇ ਪਾਰਲੀਮੈਂਟ ਦੀਆਂ ਜਿਹੜੀਆਂ ਸਾਰੀਆਂ ਪ੍ਰੋਸੀਡਿੰਗ ਆ ਉਹ ਲਾਈਵ ਹੁੰਦੀਆਂ ਤਾਂ ਵਿਧਾਨ ਸਭਾਵਾਂ ਦੀਆਂ ਕਿਉਂ ਨਹੀਂ ਲਾਈਵ ਹੁੰਦੀਆਂ, ਹੋਣੀਆਂ ਚਾਹੀਦੀਆਂ ਆ। ਸਾਡੇ, ਮੈਂ ਯੂਨੀਵਰਸਿਟੀ 'ਚ ਆਇਆ, ਉੱਥੇ ਵੀ ਉਹਨਾਂ ਦੀਆਂ ਪ੍ਰੋਸੀਡਿੰਗ ਵੀ ਸੈਨੇਟ ਦੀਆਂ ਪਹਿਲਾਂ ਕੋਈ ਰਿਕਾਰਡ ਨਹੀਂ ਸੀ ਹੁੰਦੀਆਂ, ਹੁਣ ਸਾਰੀਆਂ ਰਿਕਾਰਡ ਹੋਣ ਲੱਗ ਗਈਆਂ। ਇਸ ਕਰਕੇ ਇਹਦੇ ਨਾਲ ਇੱਕ ਟ੍ਰਾਂਸਪੇਰੈਂਸੀ ਆਉਂਦੀ ਹੈ, ਇੱਕ ਅਕਾਊਂਟੇਬਿਲਟੀ ਵੀ ਆਉਂਦੀ ਹੈ, ਪਾਰਦਰਸ਼ਤਾ ਵੀ ਆਉਂਦੀ ਹੈ, ਇੱਕ ਜਵਾਬਦੇਹੀ ਵੀ ਜਿਹੜੀ ਤੈਅ ਹੁੰਦੀ ਹੈ। ਮੇਰਾ ਖਿਆਲ ਇਹ ਤੇ ਲਾਗੂ ਕਰੇ ਦੇਣਾ ਚਾਹੀਦਾ, ਥੋੜ੍ਹੀ ਜਿਹੀ ਲਗਾਮ ਪਊਗੀ ਪਰ ਸੈਸ਼ਨ ਲੰਮੇ ਹੋਣੇ ਚਾਹੀਦੇ ਆ
ਔਰ ਜੇ ਕੋਈ ਵੱਧ ਉੱਥੇ ਕੋਈ ਫਾਲਤੂ ਦੀਆਂ ਗੱਲਾਂ ਹੁੰਦੀਆਂ ਤੇ ਮੇਰਾ ਖਿਆਲ ਐਕਸ਼ਨ ਵੀ ਹੋਣਾ ਚਾਹੀਦਾ। ਇਹ ਨਹੀਂ ਕਿ ਇਹ ਫ੍ਰੀ ਫਾਰ ਆਲ ਹੋ ਜੇ ਲੋਕਾਂ ਦੇ ਪ੍ਰਤੀ, ਨਹੀਂ ਤੇ ਮੇਰਾ ਖਿਆਲ ਹੈ ਕਿ ਇੱਕ ਇਹਦਾ ਹੱਲ ਮੈਂ ਜਿਹੜਾ ਤੁਰੰਤ ਮੇਰੇ ਮਨ 'ਚ ਆਉਂਦਾ ਹਰਕੀਰਤ ਜੀ, ਉਹ ਇਹ ਹੈ ਕਿ ਪੰਚਾਇਤਾਂ ਨੂੰ ਮਜ਼ਬੂਤ ਕਰੋ। ਪੰਚਾਇਤ ਤੇ ਇਹ ਜਿਹੜੀ ਅਸੈਂਬਲੀ 'ਚ ਸਾਰਾ ਰੌਲਾ ਪੈਂਦਾ, ਇਹ ਜ਼ਿਲ੍ਹਿਆਂ ਲੈਵਲ ਦੇ ਉੱਤੇ ਹੀ ਪਾਵਰ ਨੂੰ ਟ੍ਰਾਂਸਫਰ ਹੋਣਾ ਚਾਹੀਦਾ। ਬਹੁਤੇ ਫੈਸਲੇ ਜ਼ਿਲ੍ਹਿਆਂ ਲੈਵਲ ਤੇ ਹੋਣ। ਜੇ ਇਹਨਾਂ ਦੀ ਕਾਬਲੀਅਤ ਨਹੀਂ ਪੰਜਾਬ ਦੀ ਰਾਜਨੀਤੀ ਨੂੰ ਲੀਡ ਕਰਕੇ ਤੇ ਲੋਕਾਂ ਨੂੰ ਲੀਡ ਕਰਕੇ ਤੇ ਉਹਨਾਂ ਦੇ ਮਸਲਿਆਂ ਦਾ ਹੱਲ ਕਰਨ ਦੀ, ਇਹਨੂੰ ਡੀਵੈਲੂਏਸ਼ਨ ਪਾਵਰ ਕਰਨੀ ਚਾਹੀਦੀ ਹੈ, ਪਾਵਰ ਨੂੰ ਥੱਲੇ ਦੇਣ ਔਰ 29 ਦੇ 29 ਡਿਪਾਰਟਮੈਂਟ ਪੰਚਾਇਤਾਂ ਨੂੰ ਦੇਣ ਔਰ ਜ਼ਿਲ੍ਹਾ ਪ੍ਰੀਸ਼ਦ ਤੇ ਜ਼ਿਲ੍ਹਾ ਦੇ ਅਧਿਕਾਰੀਆਂ ਨੂੰ ਮਜ਼ਬੂਤ ਕਰਨ, ਚੰਡੀਗੜ੍ਹ ਨੂੰ ਛੱਡਣ ਤੇ ਅਸੈਂਬਲੀ ਨੂੰ ਛੱਡਣ ਤਾਲੇ ਲਾ ਦੇਣ। ਅਸੀਂ ਇਹੋ ਜਿਹੀਆਂ ਮੰਗਾਂ ਕਰਾਂਗੇ ਆਉਣ ਵਾਲੇ ਸਮੇਂ 'ਚ ਜੇ ਇਹ ਸੂਤਰ ਨਹੀਂ ਆਉਂਦੇ। ਪਰ ਇਹ ਮਾੜੀਆਂ ਗੱਲਾਂ ਇਸ ਤਰ੍ਹਾਂ ਜਿਹੜਾ ਲੋਕਾਂ ਦਾ ਟਾਈਮ ਵੇਸਟ, ਤੁਹਾਡਾ ਚੈਨਲਾਂ ਦਾ ਟਾਈਮ ਵੇਸਟ ਔਰ ਲੋਕਾਂ ਪ੍ਰਤੀ ਪਿੱਠ ਕਰਕੇ ਇਹੋ ਜਿਹੀਆਂ ਗੱਲਾਂ ਲਾਲਾ ਲਾਲਾ ਹੁੜਦੂ ਉੱਤੇ ਹੁੜਦੰਗ ਕਰਕੇ ਸਾਰਾ ਖਤਮ ਕਰ ਦੇਣਾ, ਇਹ ਮਾੜੀ ਗੱਲ ਹੈਗੀ। ਵੈਰੀ ਵੈਲਿਡ ਪੁਆਇੰਟ ਸਰ, ਵੈਰੀ ਨਾਈਸ ਪੁਆਇੰਟ, ਬਹੁਤ ਵਧੀਆ ਪੁਆਇੰਟ ਤੁਸੀਂ ਚੱਕਿਆ ਕਿ ਪੰਚਾਇਤਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਚਲੋ ਖੈਰ, ਕਮਲਜੀਤ ਜੀ ਬਿਹਤਰੀਨ ਜਵਾਬ ਦੇ ਸਕਦੇ ਨੇ। ਕਮਲਜੀਤ ਜੀ ਕੀ ਕਹਿਣਾ ਚਾਹੋਗੇ? ਪਹਿਲਾਂ ਪ੍ਰੋਫੈਸਰ ਸਾਹਿਬ ਵੀ ਕਿਸੇ ਪਾਰਟੀ ਨੂੰ ਬਿਲੋਂਗ ਕਰਦੇ ਸੀਗੇ, ਅੱਜ ਜਿਹੜੇ ਰਾਜਨੀਤਿਕ ਚਿੰਤਕ ਬਣੇ ਬੈਠੇ ਆ ਇਹ ਵੀ ਕਿਸੇ ਪਾਰਟੀ ਦੇ ਕੰਮ ਕਰ ਚੁੱਕੇ, ਇਹਨਾਂ ਨੂੰ ਵੀ ਪਤਾ ਹੈ। ਤੇ ਇੱਕ ਹੁੰਦਾ ਵੀ ਜਦੋਂ ਕਹਿੰਦੇ ਹੁੰਦੇ ਆ ਅੰਗੂਰ ਖੱਟੇ ਵਾਲੀ ਕਹਾਵਤ ਆ, ਜਦੋਂ ਉਹਦੇ 'ਚ ਹੱਥ ਨਹੀਂ ਪਿਆ ਤੇ ਹੁਣ ਇਹ ਰਾਜਨੀਤਿਕ ਵਿਸ਼ਲੇਸ਼ਕ ਬਣ ਗਿਆ ਤੇ ਆਪਣਾ ਸਰਕਾਰ ਤੋਂ ਬਾਹਰ ਬੈਠ ਕੇ ਸਲਾਹਾਂ ਦੇਣ ਲੱਗ ਗਿਆ ਕਿ ਸਰਕਾਰ ਐਂ ਚੱਲੂ, ਸਰਪੰਚਾਂ ਨਾਲ ਸਰਕਾਰ ਚੱਲੂਗੀ। ਸਰਕਾਰ ਚਲਾਉਣ ਲਈ ਬਹੁਤ ਸਿਸਟਮ ਵੱਡੇ ਦੀ ਲੋੜ ਹੁੰਦੀ ਹੈ। ਜਿਹੜੀ ਤੁਸੀਂ ਗੱਲ ਕਹਿਤੀ, ਇਵੇਂ ਨਹੀਂ ਵੀ ਤੁਸੀਂ ਕਹਿਤਾ ਤੇ ਸਰਕਾਰ ਇਵੇਂ ਹੀ ਚੱਲਣੀ ਆ। ਸਰਪੰਚ ਬਣਨਾ ਹੀ ਬਹੁਤ ਔਖਾ। ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਜੀ, ਤੁਹਾਨੂੰ ਬੇਨਤੀ ਹੈ ਜਿੱਥੇ ਤੁਸੀਂ ਰਹਿੰਦੇ ਹੋ ਉੱਥੋਂ ਦੇ ਕੌਂਸਲਰ ਬਣੋ ਜਾਂ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਉੱਥੋਂ ਦੀ ਸਰਪੰਚ ਹੀ ਲੜੋ। ਫਿਰ ਤੁਹਾਨੂੰ ਪਤਾ ਲੱਗੂਗਾ ਕਿ ਫਿਰ MLA ਕਿਵੇਂ ਬਣਿਆ ਜਾਂਦਾ, MP ਕਿਵੇਂ ਬਣਿਆ ਜਾਂਦਾ, ਫਿਰ ਸਰਕਾਰ ਕਿਵੇਂ ਚੱਲਦੀ ਆ। ਇਲਜ਼ਾਮ ਲਾਉਣੇ, ਗੱਲਾਂ ਕਹਿ ਦੇਣੀਆਂ, ਚਾਰ ਕਿਤਾਬਾਂ ਪੜ੍ਹ ਕੇ ਸਰਕਾਰ ਦੇ ਖਿਲਾਫ਼ ਬੋਲ ਦੇਣਾ, ਇਹ ਕੋਈ ਪ੍ਰਾਪਤੀ ਨਹੀਂ ਹੁੰਦੀ। ਅੱਗੇ ਵਧਣਾ ਹੈ ਤਾਂ ਕੁਛ ਕਰਕੇ ਵਧਿਆ ਜਾਂਦਾ ਹੈ, ਨਾ ਕਿ ਦੂਜੇ ਨੂੰ ਨਿੰਦ ਕੇ ਅੱਗੇ ਵਧਿਆ ਜਾਂਦਾ ਹੈ। ਤੁਸੀਂ ਨੁਮਾਇੰਦੇ ਹੋ ਸਰ, ਤੁਸੀਂ ਦੱਸ ਦਿਓ, ਕੋਈ ਗੱਲ ਨਹੀਂ, ਯੂ ਆਰ ਆਫੀਸ਼ੀਅਲ ਫੇਸ ਆਫ ਅ ਪਾਰਟੀ, ਯੂ ਕੈਨ ਗਾਈਡ ਅਸ, ਯੂ ਕੈਨ ਗਾਈਡ ਦ ਪੀਪਲ ਆਫ ਪੰਜਾਬ, ਤੁਸੀਂ ਗਾਈਡ ਕਰ ਦਿਓ ਸਰ। ਹਰਕੀਰਤ ਜੀ, ਇੱਕ ਤਾਂ ਤੁਸੀਂ ਗੱਲ ਨਹੀਂ ਪੂਰੀ ਕਰਨ ਦਿੰਦੇ, ਤੁਸੀਂ ਆਪ ਦਾ ਘੋੜਾ ਵਿੱਚ ਭਜਾ ਲੈਂਦੇ ਹੋ, ਤੁਸੀਂ ਦੂਜੇ ਦੇ ਵਕੀਲ ਕਾਹਤੋਂ ਬਣ ਜਾਂਦੇ ਹੋ। ਮੈਂ ਉਹਨਾਂ ਦੀ ਗੱਲ ਦਾ ਜਵਾਬ, ਇਟਸ ਨਾਟ ਅਬਾਊਟ ਕਿ ਘੋੜਾ ਭਜਾਉਣ ਵਾਲੀ ਗੱਲ ਸਰ, ਤੁਸੀਂ ਨੁਮਾਇੰਦੇ ਹੋ ਸਰ, ਤੁਸੀਂ ਨੁਮਾਇੰਦੇ ਹੋ, ਤੁਸੀਂ ਗੱਲ ਕਰ ਦਿਓ, ਤੁਸੀਂ ਦੱਸ ਦਿਓ ਕਿ ਤੁਹਾਡੇ ਕੋਲ ਕੀ, ਤੁਹਾਡੀ ਪਾਰਟੀ ਦਾ ਏਜੰਡਾ ਹੈ, ਕਿਵੇਂ ਕੰਮ ਕਰੋਗੇ ਸਰ। ਅਸੀਂ ਨਾ ਗੱਲ ਕਰੀਏ ਉਹਨਾਂ ਦੇ ਬਾਰੇ, ਵੀ ਆਰ ਨਾਟ ਟਾਕਿੰਗ ਅਬਾਊਟ ਮਨਜੀਤ ਸਿੰਘ ਜੀ, ਵੀ ਆਰ ਨਾਟ ਟਾਕਿੰਗ ਅਬਾਊਟ ਨੀਲ ਗਗਨ ਜੀ, ਵੀ ਨਾਟ ਟਾਕਿੰਗ ਅਬਾਊਟ ਆਮ ਆਦਮੀ ਪਾਰਟੀ, ਲੈਟਸ ਟਾਕ ਅਬਾਊਟ ਕਾਂਗਰਸ, ਲੈਟਸ ਟਾਕ ਅਬਾਊਟ ਚੀਫ ਮਿਨਿਸਟਰ ਆਫ ਪੰਜਾਬ ਕੈਪਟਨ ਅਮਰਿੰਦਰ ਸਿੰਘ, ਵਟ ਇਜ਼ ਇਸ ਏਜੰਡਾ, ਕੀ ਕਰਨਾ ਚਾਹੁੰਦੇ ਆ ਸਰ। ਹਰਕੀਰਤ ਜੀ, ਇੰਨੀ ਅੰਗਰੇਜ਼ੀ ਨਾ ਬੋਲੋ, ਪਹਿਲਾਂ ਗੱਲ ਸੁਣ ਲਓ। ਜੇ ਬੁਲਾਰੇ ਬਣੇ ਹੋ, ਉਹਦੇ ਤੇ ਅਨਾਊਂਸਰ ਬਣੇ ਹੋ, ਤਾਂ ਗੱਲ ਸੁਣਨ ਦੀ ਵੀ ਗੱਲ ਧਿਆਨ ਵੀ ਦਿਓ। ਪਹਿਲਾਂ ਨੀਲ ਗਰਗ ਜੀ ਨੇ ਵੀ ਤੁਹਾਨੂੰ ਇਸ ਗੱਲ ਤੋਂ ਟੋਕਿਆ ਕਿ ਸਾਡੀ ਗੱਲ ਪੂਰੀ ਹੋ ਲੈਣ ਦਿਓ। ਹੁਣ ਤੁਹਾਨੂੰ ਮੈਂ ਵੀ ਕਹਿ ਰਿਹਾ, ਵਾਰ ਵਾਰ ਗੱਸਾਂ ਨੂੰ ਬੁਲਾਇਆ, ਪਹਿਲੀ ਗੱਲ ਤਾਂ ਤੁਸੀਂ ਸਾਨੂੰ ਮੌਕੇ ਤੇ ਦੱਸੋ ਨਾ ਸਰ, ਦੱਸੋ ਨਾ ਸਰ, ਉਹੀ ਤਾਂ ਤੁਹਾਨੂੰ ਸੁਣਨਾ ਚਾਹੁੰਦੇ, ਤੁਸੀਂ ਤਾਂ ਮਨਜੀਤ ਸਿੰਘ ਜੀ ਦੇ ਪਿੱਛੇ ਬਹਿ ਗਏ, ਤੁਸੀਂ ਨੀਲ ਗਰਗ ਜੀ ਦੇ ਪਿੱਛੇ ਬਹਿ ਗਏ, ਉਹੀ ਆ ਰੋਹ ਪਰਮਤਰ ਜੀ, ਤੁਸੀਂ ਫਿਰ ਰਾਜਨੀਤੀ ਸ਼ੁਰੂ ਕਰਤੀ, ਇਹ ਅਸੈਂਬਲੀ 'ਚ ਹੋਏਗਾ ਸਰ। ਆਰਾਮ ਨਾਲ ਗੱਲ ਕਰੋ, ਜਵਾਬ ਲੈਣਾ, ਗੱਲ ਆਰਾਮ ਨਾਲ ਕਰੋ। ਤੁਸੀਂ ਸਾਨੂੰ ਪੇ ਨਹੀਂ ਕਰਦੇ ਕਿ ਤੁਸੀਂ ਸਾਨੂੰ ਰੋਹ ਮਾਰੋ, ਸਾਨੂੰ ਦਬਕੇ ਮਾਰੋ। ਸਾਨੂੰ ਦਬਕੇ ਨਹੀਂ ਮਾਰੇ, ਤੁਹਾਡੇ ਤੋਂ ਜਵਾਬ ਲੈਣ ਦੀ ਕੋਸ਼ਿਸ਼ ਕਰ ਰਹੇ, ਜਵਾਬ ਦੇ ਦਿਓ ਸਰ। ਤੁਹਾਡਾ ਸਟਾਈਲ ਦੱਸ ਰਿਹਾ ਕਿ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਜਵਾਬ ਲੈ ਰਹੇ ਹੋ। ਸਾਨੂੰ ਤੁਸੀਂ 5 ਮਿੰਟ ਪਹਿਲਾਂ ਕਾਲ ਕਰਕੇ ਨਾਲ ਟੈਕਸਟ ਦੇ ਦਿਓ ਸਰ, ਜਵਾਬ ਦੇ ਦਿਓ ਸਰ, ਕੋਈ ਗੱਲ ਨਹੀਂ, ਤੁਹਾਡਾ ਜਵਾਬ ਮੰਗ ਰਹੇ ਆ, ਤੁਹਾਨੂੰ ਅੰਗਰੇਜ਼ੀ ਨਾਲ ਪ੍ਰੋਬਲਮ ਹੋ ਰਹੀ ਹੈ, ਤੁਹਾਨੂੰ ਮੇਰੀ ਗੱਲਾਂ ਨਾਲ ਪ੍ਰੋਬਲਮ ਹੋ ਰਹੀ ਹੈ, ਜਵਾਬ ਦੇ ਦਿਓ। ਪਹਿਲਾਂ ਜਿਹੜੇ ਪ੍ਰੋਫੈਸਰ ਮਨਜੀਤ ਸਿੰਘ ਦੇ ਵਕਾਲਤ ਕਰ ਰਹੇ ਹੋ ਜਾਂ ਕਿਸੇ ਹੋਰ ਦੇ ਵਕੀਲ ਬਣ ਲਓ, ਪਹਿਲਾਂ ਮੈਂ ਉਹ ਤੁਹਾਨੂੰ ਬੰਦ ਕਰਨਾ, ਫਿਰ ਮੈਂ ਸਰ ਪਲੀਜ਼ ਸਟਾਪ ਦਿਸ, ਆਈ ਐਮ ਨਾਟ, ਮੈਂ ਕਿਸੇ ਦਾ ਵਕੀਲ ਨਹੀਂ ਹਾਂ ਇੱਥੇ, ਮੈਂ ਸੂਬੇ ਦੇ ਲੋਕਾਂ ਦਾ ਵਕੀਲ ਹਾਂ, ਜੇ ਕੰਮ ਨਹੀਂ ਕਰੋਗੇ ਤਾਂ ਸੂਬੇ ਦੇ ਲੋਕਾਂ ਦੇ ਲਈ ਆਵਾਜ਼ ਚੁੱਕੂੰਗਾ ਸਰ, ਔਰ ਚੱਕਦਾ ਰਹੂੰਗਾ, ਔਰ ਤੁਹਾਨੂੰ ਜਵਾਬ ਦੇਣਾ ਪਏਗਾ। ਹਰਕੀਰਤ ਸਿੰਘ ਜੀ, ਵਕਾਲਤ ਅਗਰ ਕਰ ਰਹੇ ਹਾਂ ਤੇ ਸੂਬੇ ਦੇ ਲੋਕਾਂ ਦੇ ਲਈ ਵਕਾਲਤ ਕਰ ਰਹੇ ਹਾਂ। ਮਨਜੀਤ ਸਿੰਘ ਜੀ ਦੀ ਵਕਾਲਤ ਕਰ ਰਿਹਾ ਜਾਂ ਫਿਰ ਮੈਂ ਨੀਲ ਗਗਨ ਜੀ ਦੀ ਵਕਾਲਤ ਕਰ ਰਿਹਾ, ਵਕਾਲਤ ਕਰ ਰਿਹਾ ਸੂਬੇ ਦੇ ਲੋਕਾਂ ਲਈ, ਵਕਾਲਤ ਕਰ ਰਿਹਾ। ਮੈਂ ਸਿਰਫ ਤੁਹਾਨੂੰ ਇਹ ਪੁੱਛ ਰਿਹਾ ਸਰ ਕਿ ਤੁਹਾਡਾ ਇਜਲਾਸ ਦੇ ਵਿੱਚ ਕੀ ਏਜੰਡਾ ਹੈ, ਕੀ ਲੋਕਾਂ ਨੂੰ ਦੱਸੋਗੇ ਕਿ ਤੁਸੀਂ ਕੀ ਕੀਤਾ 8 ਮਹੀਨੇ ਦੇ ਅੰਦਰ, ਜਵਾਬ ਦੇ ਦਿਓ, ਟਾਈਮ ਵੇਸਟ ਤੁਸੀਂ ਕਰ ਰਹੇ ਹੋ ਮੇਰਾ। ਆਰਾਮ ਨਾਲ ਗੱਲ ਕਰੋ, ਪਹਿਲਾਂ ਮੈਂ ਤੁਹਾਨੂੰ ਕਹਿੰਦਾ ਤੁਹਾਨੂੰ ਤੁਸੀਂ ਐਂਕਰ ਬਣੇ ਹੋ ਸਰ, ਤੁਹਾਨੂੰ ਅਗਰ ਮੇਰੀ ਆਵਾਜ਼ ਜ਼ਿਆਦਾ ਲੱਗ ਰਹੀ ਹੈ ਆਪਣੀ ਹੈਡ, ਤੁਸੀਂ ਫੋਨ ਤੇ ਹੋ ਨਾ, ਹੈਡਫੋਨ ਦੀ ਆਵਾਜ਼ ਘੱਟ ਕਰ ਲਓ ਸਰ, ਤੁਹਾਨੂੰ ਆਵਾਜ਼ ਮੇਰੀ ਘੱਟ ਸੁਣਾਈ ਦੇਗੀ, ਸ਼ਾਇਦ ਤੁਹਾਨੂੰ ਮੇਰੀ ਆਵਾਜ਼ ਤੇਜ਼ ਸੁਣਾਈ ਦੇ ਰਹੀ ਹੈ। ਜਵਾਬ ਦੇ ਦਿਓ ਨਾ, ਫਿਰ ਮੇਰੇ ਪਿੱਛੇ ਪੈ ਗਏ ਸਰ, ਪਹਿਲਾਂ ਤੁਸੀਂ ਮਨਜੀਤ ਸਿੰਘ ਜੀ ਦੇ ਪਿੱਛੇ ਪੈ ਗਏ, ਨੀਲ ਗਗਨ ਜੀ ਦੇ ਪਿੱਛੇ ਪੈ ਗਏ, ਤੁਸੀਂ ਮੇਰੇ ਪਿੱਛੇ ਪੈ ਗਏ ਸਰ, ਜਵਾਬ ਦੇ ਦਿਓ ਸਰ।
ਦੱਸੋ ਤੁਸੀਂ ਜਵਾਬ ਦੇ ਹੋ ਸਕਦੇ ਹੋ ਲੋਕਾਂ ਦੇ ਜਵਾਬ ਦੇ ਅਸੀਂ ਜਵਾਬ ਦੋ ਚੁੱਪ ਕਰ ਜੋ ਅਸੀਂ ਲੋਕਾਂ ਚ ਗਏ ਹਾਂ ਲੋਕਾਂ ਨੇ ਸਾਨੂੰ 77 ਸੀਟਾਂ ਦੇ ਕੇ ਇੱਥੇ ਭੇਜਿਆ ਅਸੀਂ ਲੋਕਾਂ ਦੇ ਜਵਾਬ ਦੇ ਹਾਂ ਤੁਸੀਂ ਜਵਾਬ ਦੇਈ ਤੇ ਅਸੀਂ ਵੀ ਜ਼ਰੀਆ ਲੋਕਾਂ ਨੂੰ ਜਵਾਬ ਦੇਣ ਲਈ ਤੁਹਾਨੂੰ ਪ੍ਰਸ਼ਨ ਤੁਹਾਨੂੰ ਸਵਾਲ ਪੁੱਛਣ ਲਈ ਗੱਲ ਤਾਂ ਤੁਹਾਡੇ ਨਾਲ ਕਰ ਰਹੇ ਹਾਂ ਤੁਸੀਂ ਗੱਲਾਂ ਨੂੰ ਇੱਧਰ ਉੱਧਰ ਕਰ ਰਹੇ ਜੋ ਇਸ ਤੋਂ ਪਹਿਲਾਂ ਗੱਲ ਹੋ ਰਹੀ ਸੀਗੀਆਂ ਉਹੀ ਤੁਸੀਂ ਗੱਲਾਂ ਮੇਰੇ ਨਾਲ ਸ਼ੁਰੂ ਕਰਤੀਆਂ ਸਰ ਮੈਂ ਕੋਈ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਆ ਮੈਂ ਲੋਕਾਂ ਦਾ ਅਗਰ ਤੁਸੀਂ ਵੀ ਲੋਕਾਂ ਦੇ ਨੁਮਾਇੰਦੇ ਹੋ ਨਾ ਸਰ ਤੇ ਮੈਂ ਵੀ ਲੋਕਾਂ ਦਾ ਨੁਮਾਇੰਦਾ ਨਹੀਂ ਨਹੀਂ ਤੁਸੀਂ ਚੈਨਲ ਦੇ ਨੁਮਾਇੰਦੇ ਹੋ ਲੋਕਾਂ ਨੂੰ ਜਵਾਬ ਦੇਣਾ ਲੋਕਾਂ ਦੇ ਵਿੱਚ ਸਹੀ ਗੱਲਾਂ ਪਹੁੰਚਾਉਣਾ ਇਹ ਸਾਡਾ ਫਰਜ਼ ਹੈ ਸਰ ਪਤਾ ਹੈ ਕਿ ਤੁਸੀਂ ਕਿੰਨੀਆਂ ਗੱਲਾਂ ਸਹੀ ਲੋਕਾਂ ਤੱਕ ਪਹੁੰਚਾਉਂਦੇ ਤੇ ਤੁਸੀਂ ਜਵਾਬ ਦੇ ਦਿਓ ਸਰ ਕਿ ਕੀ ਏਜੰਡਾ ਤੁਸੀਂ ਇਜਲਾਸ ਦੇ ਵਿੱਚ ਕੀ ਲੈ ਕੇ ਜਾਓਗੇ ਮੈਨੂੰ ਹੁਣ ਕਿਸੇ ਪਾਰਟੀ ਦੇ ਨਾਲ ਨਾ ਜੋੜ ਦੇਣਾ ਕਿ ਤੁਸੀਂ ਹੁਣ ਕਹਿ ਦਿਓ ਕਿ ਮੈਂ ਕਿਸੇ ਪਾਰਟੀ ਨਾਲ ਬਿਲੋਂਗ ਕਰਦਾ ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਸਪਸ਼ਟ ਕਰ ਲਓ ਸਰ ਤੁਹਾਡੀ ਗੱਲ ਅਜੇ ਤੱਕ ਕਲੀਅਰ ਨਹੀਂ ਹੋ ਪਾ ਰਹੀ ਸਰ ਇਸ ਕਰਕੇ ਹਾਈਪਰਨੈਸ ਆਉਂਦੀ ਹੈ ਤੁਸੀਂ ਜਿਵੇਂ ਹੁਣ ਜਿਵੇਂ ਇਜਲਾਸ ਦੀ ਗੱਲ ਮੈਂ ਪੁੱਛ ਰਿਹਾ ਕਿ ਏਜੰਡਾ ਲੈ ਕੇ ਜਾਓਗੇ ਜਸਟ ਆਈ ਐਮ ਆਸਕਿੰਗ ਯੂ ਵਨ ਸਿੰਪਲ ਕੁਐਸਚਨ ਸਰ ਕਿ ਏਜੰਡਾ ਹੈ ਕਾਂਗਰਸ ਪਾਰਟੀ ਦਾ ਕਿਹੜੇ ਕਿਹੜੇ ਮੁੱਦੇ ਸੂਬੇ ਦੇ ਤੁਸੀਂ ਚੁੱਕੋਗੇ ਇਜਲਾਸ ਦੇ ਅੰਦਰ ਕਿਹੜੇ ਕਿਹੜੇ ਬਿੱਲ ਤੁਸੀਂ ਲੈ ਕੇ ਆ ਰਹੇ ਹੋ ਤੁਸੀਂ ਰੱਖੋਗੇ ਇਜਲਾਸ ਦੇ ਅੰਦਰ ਕਿਹੜੇ ਕਿਹੜੇ ਗੱਲਾਂ ਦੇ ਤੁਸੀਂ ਵਿਰੋਧੀ ਧਿਰਾਂ ਨਾਲ ਗੱਲ ਕਰੋਗੇ ਕੀ ਕਰੋਗੇ ਇਜਲਾਸ ਦੇ ਅੰਦਰ ਇਸ ਦਾ ਜਵਾਬ ਮੰਗ ਰਿਹਾ ਸਰ ਦੇ ਦਿਓ ਨਾ ਸਰ ਮੈਂ ਜਵਾਬ ਦੇ ਰਿਹਾ ਮੈਂ ਤੁਹਾਨੂੰ ਤੁਸੀਂ ਜਵਾਬ ਲੈਣ ਦੀ ਕੋਸ਼ਿਸ਼ ਨਹੀਂ ਕਰ ਰਹੇ ਗੱਲ ਪਈ ਜਾਂਦੇ ਹੋ ਜਵਾਬ ਲੈ ਲਓ ਮੈਂ ਕਹਿੰਦਾ ਕਿ ਅਸੀਂ ਲਵਾਂਗੇ ਏਜੰਡਾ ਸਾਡਾ ਇਹ ਆ ਪਹਿਲੀ ਗੱਲ ਤਾਂ ਖੁਦਕੁਸ਼ੀ ਪੀੜਿਤ ਪਰਿਵਾਰਾਂ ਦਾ ਜਿਹੜਾ ਸਾਰਾ ਕਰਜ਼ਾ ਸਰਕਾਰ ਨੇ ਆਪਦੇ ਸਿਰ ਲੈ ਲਿਆ ਜਿਹਨਾਂ ਪਰਿਵਾਰਾਂ ਦੇ ਵਿੱਚ ਖੁਦਕੁਸ਼ੀ ਹੋਈ ਹੈ 2-2 ਲੱਖ ਮੁਆਫ ਕਰਨ ਦਾ ਫੈਸਲਾ ਕਰ ਲਿਆ ਇਹਦਾ ਮਤਲਬ ਸਿਰਫ ਇੰਨਾ ਹੈ ਕਿ ਜਿਹੜਾ ਅਸੀਂ ਕਰਜ਼ਾ 2-2 ਲੱਖ ਮੁਆਫ ਕੀਤਾ ਹੈ ਭਾਵੇਂ ਘੱਟ ਕੀਤਾ ਹੈ ਪਰ ਜਿਹੜਾ ਕੀਤਾ ਸ਼ੁਰੂਆਤ ਕੀਤੀ ਆ ਇਹਦਾ ਮਤਲਬ ਹੈ ਪੰਜਾਬ ਦੀ ਜਿਹੜੀ ਸਰਕਾਰ ਹੈ ਕਾਂਗਰਸ ਦੀ ਸਰਕਾਰ ਹੈ ਕੈਪਟਨ ਸਰਕਾਰ ਹੈ ਕਿਸਾਨਾਂ ਲਈ ਫਿਕਰਮੰਦ ਆ ਚਿੰਤਤ ਆ ਕਿਸਾਨਾਂ ਲਈ ਜਦੋਂ ਹੋਰ ਖਜ਼ਾਨਾ ਸਾਨੂੰ ਇਜਾਜ਼ਤ ਦੇਊਗਾ ਤੇ ਹੋਰ ਵੀ ਪੰਜਾਬ ਨੂੰ ਕਿਸਾਨਾਂ ਨੂੰ ਮਜ਼ਬੂਤ ਕਰਾਂਗੇ ਤੇ ਮਦਦ ਕਰਾਂਗੇ ਵਿਰੋਧੀ ਪਾਰਟੀਆਂ ਨੂੰ ਇੱਕ ਗੱਲ ਤਾਂ ਇਹ ਆ ਵੀ ਇਸ ਮੁੱਦੇ ਤੇ ਕੋਈ ਗਲਤ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਕਿਸਾਨਾਂ ਨੂੰ ਉਕਸਾਉਣਾ ਹੁੰਦਾ ਹੈ ਕਿਸਾਨਾਂ ਨੂੰ ਉਕਸਾਉਂਦੇ ਆ ਗਲਤ ਬਿਆਨਬਾਜ਼ੀ ਜੇ ਅਕਾਲੀ ਦਲ ਵਾਲੇ ਸਾਡੇ ਨਾਲ ਬਹਿਸ ਜਾਂ ਕਹਿੰਦੇ ਆ ਕਿ ਜੀ ਥੋੜਾ ਮਾਫ਼ ਕੀਤਾ 10 ਸਾਲ ਉਹਨਾਂ ਦੀ ਸਰਕਾਰ ਸੀ ਇੱਕ ਪੈਸਾ ਨੀ ਉਹਨਾਂ ਤੋਂ ਸਰਿਆ ਸੀ 2-2 ਲੱਖ ਫਿਰ ਵੀ ਮਾਫ਼ ਕਰਤਾ ਕਿਸਾਨਾਂ ਦਾ ਠੀਕ ਹੈ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵਿੱਚ ਜਿਹੜੀ ਕਮੀ ਆਈ ਆ ਮੈਂ ਇਹ ਮੰਨਦਾ ਕਿ ਕਿਸਾਨਾਂ ਨੇ ਖੁਦਕੁਸ਼ੀਆਂ ਕਰਦੇ ਆ ਪਰ ਉਹਦੇ ਨਾਲ ਜਿਹੜੀ ਗਿਰਾਵਟ ਹੋਣੀ ਆ ਜਿਹੜੀ ਘਟੀ ਆ ਰੇਸ਼ੋ ਉਹ ਬਹੁਤ ਫਰਕ ਪਿਆ ਜਦੋਂ ਦੀ ਕਾਂਗਰਸ ਸਰਕਾਰ ਬਣੀ ਠੀਕ ਹੈ 3 ਮੇਲੇ ਲਾ ਚੁੱਕੇ ਹਾਂ 27,000 ਇੱਕ ਚ 23,000 ਇੱਕ ਚ ਅਸੀਂ ਨੌਕਰੀਆਂ ਨੌਜਵਾਨਾਂ ਨੂੰ ਪ੍ਰਾਈਵੇਟ ਤੇ ਸਰਕਾਰੀ ਸੈਕਟਰ ਦੇ ਵਿੱਚ ਅਸੀਂ ਨੌਕਰੀਆਂ ਦੇ ਰਹੇ ਹਾਂ ਭਰਤੀ ਵੀ ਖੋਲ ਰਹੇ ਪੰਜਾਬ ਪੁਲਿਸ ਦੇ ਅਸੀਂ ਸਾਰੇ ਅਸੀਂ ਕਹਿੰਦੇ ਹਾਂ ਵੀ ਇਹ ਜਿਹੜਾ ਬੋਝ ਆ ਨਾ ਖਜ਼ਾਨੇ ਤੇ ਬਹੁਤ ਵੱਡਾ ਪੈਣਾ ਅਸੀਂ ਇਸੇ ਕਰਕੇ VIP ਕਲਚਰ ਨੂੰ ਖਤਮ ਕੀਤਾ ਹੈ VIP ਕਲਚਰ ਨੇ ਅਸੀਂ ਅਡਾਪਟ ਕੀਤਾ ਸਰਕਾਰ ਨੇ ਉਹ ਬੰਦ ਕਰਤਾ ਪੂਰਾ ਅਸੀਂ ਮੰਤਰੀ ਮੰਡਲ ਨਹੀਂ ਬਣਾਇਆ ਹਾਲੇ ਤੱਕ ਸਿਰਫ ਇਸ ਕਰਕੇ ਕਿ ਵਾਧੂ ਖਜ਼ਾਨੇ ਤੇ ਬੋਝ ਪਊ ਜੇ ਅਸੀਂ 10 ਦਿਨ ਦੀ 20 ਦਿਨ ਦੀ ਲੋਕਾਂ ਦੀ ਜੇਬ ਚ ਪੈਸਾ ਜਾਣਾ ਮਹਾਰਾਜ ਉਹ ਸਰਕਾਰ ਦਾ ਜਾਂ MLA ਦੀ ਜੇਬ ਚ ਨਹੀਂ ਘਟਿਆ ਜਾਣਾ ਵਿਧਾਨ ਸਭਾ ਦੇ ਸੈਸ਼ਨ ਦਾ ਪੈਸਾ ਨੀਲ ਗਰਗ ਜੀ ਕਿੰਨੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੋ ਤੁਸੀਂ ਘੇਰ ਰਹੇ ਹੋ ਦੇਖ ਰਹੇ ਹੋ ਤੁਸੀਂ ਕਿੰਨੇ ਕਿੰਨੇ ਕੰਮ ਉਹਨਾਂ ਨੇ ਸੁਣਾਤੇ ਕਿ ਅਸੀਂ ਇਹ ਕਰ ਲਿਆ ਔਰ ਇਹ ਸਾਡਾ ਏਜੰਡਾ ਅਸੀਂ ਇਹ ਕਰਾਂਗੇ ਗੱਲ ਕਰੋ ਤੁਸੀਂ ਨੀਲ ਗਰਗ ਜੀ ਤੁਸੀਂ ਗਲਤ ਆਰੋਪ ਲਗਾ ਰਹੇ ਹੋ ਉਹਨਾਂ ਦੇ ਉੱਤੇ ਕਿਸਾਨ ਸੰਘਰਸ਼ ਦੇ ਰਾਹ ਦੇ ਉੱਤੇ ਹੈਗਾ ਕਿਉਂਕਿ ਗੰਨਾ ਦੇ ਭਾਅ ਇਹਨਾਂ ਨੇ ਜਿਹੜਾ ਮਿਨੀਮਮ ਪ੍ਰਾਈਸ ਸੀ ਉਹਦੇ ਵਿੱਚ ਕੋਈ ਇਹਨਾਂ ਨੇ ਜਿਹੜਾ ਬਢੋਤਰੀ ਨਹੀਂ ਕੀਤੀ ਉਹ ਸਿਰਫ ਇਸ ਕਰਕੇ ਨਹੀਂ ਕੀਤੀ ਕਿ ਜਿਹੜੀਆਂ ਪ੍ਰਾਈਵੇਟ ਮਿਲਜ ਨੇ ਉਹ ਸਾਰੀਆਂ ਇਹਨਾਂ ਨੇਤਾਵਾਂ ਦੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਮਿਲ ਕੇ ਇਹ ਨਹੀਂ ਕੀਤਾ ਸਾਡਾ ਏਜੰਡਾ ਬੜਾ ਕਲੀਅਰ ਹੈ ਅੱਜ ਵੀ ਰੇਤ ਮਾਫੀਆ ਕਿਵੇਂ ਇੱਕ ਨੇਪਾਲੀ ਜਿਹੜਾ 1 ਕਰੋੜ ਰੁਪਏ ਦੀ ਖੱਡ ਜਿਹੜਾ ਉਹ ਲੈ ਜਾਂਦਾ ਸਾਡਾ ਏਜੰਡਾ ਹੈਗਾ ਨੌਜਵਾਨ ਅੱਜ ਵੀ ਬੇਰੁਜ਼ਗਾਰ ਹੈਗਾ ਉਹ ਵੇਖ ਰਿਹਾ ਸਰਕਾਰਾਂ ਵੱਲ ਸਾਡਾ ਏਜੰਡਾ ਹੈਗਾ ਕਿ ਅੱਜ ਵੀ ਜਿਹੜਾ ਹੈਗਾ ਜਿਹੜੀਆਂ ਮੁਲਾਜ਼ਮ ਨੇ ਅੱਜ ਆਂਗਨਵਾੜੀ ਵਰਕਰ ਨੇ ਲਗਾਤਾਰ ਸੰਘਰਸ਼ ਦੇ ਰਾਹ ਤੇ ਨੇ ਕਿ
ਇਹਨਾਂ ਨੇ ਸਿਰਫ ਗੱਲਾਂ ਕੀਤੀਆਂ ਨੇ, ਇਸ ਕਰਕੇ ਛੋਟਾ ਇਹਨਾਂ ਨੇ ਸੈਸ਼ਨ ਰੱਖਿਆ, ਇਹ ਭੱਜ ਰਹੇ ਨੇ ਇਸ ਕਰਕੇ ਕਿ ਸੈਸ਼ਨ ਜਦੋਂ ਹੋਏਗਾ ਤੇ ਇਹ ਜਿਹੜੀ ਇੱਕ ਜ਼ਿੰਮੇਵਾਰ ਵਿਰੋਧੀ ਧਿਰ ਦੇ ਨਾਤੇ ਅਸੀਂ ਇਹ ਸਾਰਾ ਕੁਝ ਉੱਥੇ ਡਿਸਕਸ ਕਰਾਂਗੇ ਤੇ ਇਸ ਕਰਕੇ ਇਹ ਭੱਜ ਰਹੇ ਨੇ। ਜੇ ਕਿਸਾਨਾਂ ਦਾ ਇਹਨਾਂ ਨੇ ਕਰਜ਼ਾ ਮਾਫ ਕਰ ਦਿੱਤਾ ਜਾਂ ਕਿਸਾਨਾਂ ਦੇ ਇਹਨਾਂ ਹਿਤੈਸ਼ੀ, ਅੱਜ ਵੀ ਕਿਸਾਨ ਖੁਦਕੁਸ਼ੀ ਕਿਉਂ ਕਰ ਰਿਹਾ ਜੀ? ਡੇਲੀ ਕੋਈ ਇੱਕ ਦਿਨ ਵੀ ਮੈਨੂੰ ਦੱਸ ਦਿਓ ਜਿਸ ਦਿਨ ਅਖਬਾਰ ਦੇ ਵਿੱਚ ਖਬਰ ਨਾ ਛਪੀ ਹੋਵੇ ਕਿ ਕਿਸੇ ਕਿਸਾਨ ਨੇ ਅੱਜ ਆਤਮ ਹੱਤਿਆ ਨਹੀਂ ਕੀਤੀ। ਪੰਜਾਬ ਦਾ ਹਰ ਵਰਗ, ਭਾਵੇਂ ਉਹ ਵਪਾਰੀ ਆ ਤੇ ਭਾਵੇਂ ਉਹ ਕਿਸਾਨ ਹੈ, ਭਾਵੇਂ ਮੁਲਾਜ਼ਮ ਹੈ, ਭਾਵੇਂ ਵਿਦਿਆਰਥੀ ਹੈ, ਤੁਸੀਂ ਐਜੂਕੇਸ਼ਨ ਦਾ ਦੇਖ ਲਓ, ਹਰ ਪਾਸੇ ਬੁਰਾ ਹਾਲ ਹੈਗਾ। ਸਿਰਫ ਗੱਲਾਂ ਕਰਨ ਦੇ ਨਾਲ, ਇੱਕ ਜਿਹੜਾ ਕਿ ਮੈਨੀਫੈਸਟੋ ਦੇ ਵਿੱਚ ਲਿਖ ਦੇਣ ਦੇ ਨਾਲ, ਇਹ ਤਾਂ ਇੱਦਾਂ ਲੱਗਦਾ ਜਿਵੇਂ ਮੋਦੀ ਸਾਹਿਬ ਦਾ ਤੇ ਕੈਪਟਨ ਸਾਹਿਬ ਦਾ ਆਪਸ ਚ ਮੁਕਾਬਲਾ ਹੋ ਰਿਹਾ ਹੋਵੇ ਜੁਮਲੇਬਾਜ਼ੀ ਦਾ। ਚਲੋ ਮੈਂ ਸਵਾਲ ਦਾ ਜਵਾਬ ਕਮਲ ਜੀ ਤੋਂ ਜ਼ਰੂਰ ਲਊਂਗਾ, ਮੇਰੇ ਕੋਲ ਸਮਾਂ ਬਹੁਤਾ ਨਹੀਂ ਹੈਗਾ, ਕਮਲ ਜੀ ਤੋਂ ਜਵਾਬ ਜ਼ਰੂਰ ਲਊਂਗਾ। ਮਨਜੀਤ ਸਿੰਘ ਜੀ, ਕਲੋਜ਼ਿੰਗ ਕਮੈਂਟਸ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ? ਹਾਂ, ਮੇਰਾ ਤਾਂ ਕੋਈ ਬਹੁਤ ਲੰਬੀ ਚੌੜੀ ਗੱਲ ਨਹੀਂ, ਮੈਂ ਤਾਂ ਇਹੀ ਗੱਲ ਕਹਿੰਦਾ ਹਾਂ ਕਿ ਜਿਹੜੀ ਇਹ ਗੱਲ ਕਹਿ ਰਹੇ ਆ ਨਾ ਬਾਰ ਬਾਰ ਕਿ ਚਲੋ ਉਹਨਾਂ ਦਾ ਸੋਚਣਾ ਕਿ ਐਨਾਲਿਸਟ ਬਣ ਗਏ, ਫਲਾਨਾ ਬਣ ਗਏ, ਤੁਸੀਂ ਪੋਲੀਟਿਕਸ 'ਚ ਰਹੋ, ਪੋਲੀਟਿਕਸ ਤੁਹਾਨੂੰ ਮੁਬਾਰਕ, ਔਰ ਲੋਕਾਂ ਦੀਆਂ ਪਰ ਉਮੀਦਾਂ ਹੈਗੀਆਂ। ਇਹਨਾਂ ਨੂੰ ਯਾਦ ਹੋਣਾ ਕਿ ਜਦੋਂ ਅਕਾਲੀਆਂ ਦੀ ਇੱਥੇ ਅਸੈਂਬਲੀ ਚੱਲ ਰਹੀ ਸੀ ਤੇ ਇਹਨਾਂ ਦੇ ਇੱਕ MLA ਨੇ ਕਿਵੇਂ ਸਪੀਕਰ ਦੇ ਉੱਤੇ ਜਾਂ ਚੀਫ ਮਿਨਿਸਟਰ ਵੱਲ ਨੂੰ ਜਿਹੜਾ ਇੱਕ ਜੁੱਤੀ ਮਾਰੀ ਸੀ, ਬਾਅਦ 'ਚ ਇਹਨਾਂ ਨੇ ਉਹਨੂੰ ਟਿਕਟ ਨਹੀਂ ਦਿੱਤੀ। ਇਹ JNK ਦੀ ਅਸੈਂਬਲੀ 'ਚ ਵੀ ਅਸੀਂ ਦੇਖਦੇ ਹਾਂ, ਪਾਰਲੀਮੈਂਟ 'ਚ ਵੀ ਦੇਖਦੇ ਹਾਂ, ਇੱਥੇ ਵੀ ਪਿਛਲੀ ਵਾਰੀ ਪੱਗ ਲੱਥੀ ਹੈ। ਕੋਈ ਅਸੀਂ ਅਣਹੋਣੀਆਂ ਗੱਲਾਂ ਤੇ ਕਰ ਨਹੀਂ ਰਹੇ, ਅਸੀਂ ਕਹਿੰਦੇ ਹਾਂ ਕਿ ਉੱਥੇ ਕੋਈ ਬਹਿਸ ਨਹੀਂ ਹੁੰਦੀ, ਇੱਕ ਦੂਜੇ ਨੂੰ ਲਾਲਾ ਮਾਰਾ ਤੂੰ ਤੂੰ ਮੈਂ ਹੋ ਕੇ ਗੱਲ ਸਾਰੀ ਖਤਮ ਹੋ ਜਾਂਦੀ ਹੈ, ਕੋਈ ਕੰਸਟਰਕਟਿਵ ਗੱਲ ਹੁੰਦੀ ਨਹੀਂ। ਲੋਕਾਂ ਦਾ ਹੌਲੀ ਹੌਲੀ ਇਹੋ ਜਿਹੀ ਰਾਜਨੀਤੀ ਤੋਂ ਵਿਸ਼ਵਾਸ ਉੱਠ ਗਿਆ, ਜੇ ਤੁਸੀਂ ਨਹੀਂ ਪਰਫਾਰਮ ਕਰੋਗੇ ਤੇ ਲੋਕੀ ਇਹਦੀ ਜਵਾਬਦੇਹੀ ਕਿਸੇ ਆਪਣੇ ਢੰਗ ਨਾਲ ਕਰਨਗੇ। ਤੇ ਮੈਂ ਇੱਕ ਹੱਲ ਦੱਸਿਆ ਸੀ ਕਿ ਤੁਸੀਂ ਇੰਨੀ ਪਾਵਰ ਨੂੰ ਸੈਂਟਰਲਾਈਜ਼, ਇਹ ਕੋਈ ਰਜਵਾੜਾ ਸ਼ਾਹੀ ਤੇ ਹੈ ਨਹੀਂ, ਡੈਮੋਕ੍ਰੇਸੀ ਆ। ਕਾਂਸਟੀਟਿਊਸ਼ਨ 'ਚ ਸਾਫ ਲਿਖਿਆ ਕਿ 29 ਦੇ 29 ਡਿਪਾਰਟਮੈਂਟ ਜਿਹੜੇ ਆ, ਜਿਹੜਾ ਸਹਿਮਤ ਸ਼ਡਿਊਲ ਦੇ ਵਿੱਚ ਉਹ ਪੰਚਾਇਤਾਂ ਨੂੰ ਦੇਣੇ ਚਾਹੀਦੇ ਆ, 73rd ਅਮੈਂਡਮੈਂਟ ਦੇ ਵਿੱਚ, 74th ਅਮੈਂਡਮੈਂਟ ਦੇ ਵਿੱਚ ਜਿਹੜੀਆਂ ਲੋਕਲ ਬਾਡੀਜ਼ ਆ ਉਹਨਾਂ ਨੂੰ ਆਪਣੇ ਮਹਿਕਮੇ ਦੇਣੇ ਚਾਹੀਦੇ ਆ। ਕਿਉਂ ਨਹੀਂ ਦਿੰਦੀਆਂ ਇਹ ਸਰਕਾਰਾਂ? ਕਹਿੰਦੇ ਕਿ ਸਾਡੇ MLAਆਂ ਕੋਲ ਤਾਕਤ ਨਹੀਂ ਰਹੂਗੀ, ਸਾਡੇ ਕੋਲ ਜਿਹੜੀਆਂ ਰਜਵਾੜੇ ਤਾਕਤ ਜਿਹੜੀ ਉਸ ਕਿਸਮ ਦੀਆਂ ਲਈਆਂ ਹੋਈਆਂ, ਉਹਦੇ ਫੂਫਾਂ ਜਿਹੜੀ ਆ ਦਬਕਾ ਨਹੀਂ ਰਹੂਗਾ, ਇਹ ਆਪ ਕਹਿੰਦੇ ਆ ਸਾਰੇ, ਸਾਨੂੰ MLA ਕਹਿੰਦੇ ਇਹਨਾਂ ਦੇ। ਇਸ ਕਰਕੇ ਸਾਡੀ ਜਿਹੜੀ ਕਿੰਤੂ ਪਰੰਤੂ ਆ, ਸਰਕਾਰ ਚੱਲਣੀ ਚਾਹੀਦੀ ਆ, ਜੇ ਨਹੀਂ ਚੱਲਦੀ ਤੇ ਲੋਕਾਂ ਨੂੰ ਆਪ ਚਲਾਉਣ ਦਿਓ, ਜ਼ਿਲ੍ਹੇ ਲੈਵਲ ਤੇ ਪਾਵਰਾਂ ਟ੍ਰਾਂਸਫਰ ਕਰੋ, ਜ਼ਿਲ੍ਹਾ ਪ੍ਰੀਸ਼ਦਾਂ ਕੋਲ ਕਰੋ ਤੇ ਪੰਚਾਇਤਾਂ ਕੋਲ ਕਰੋ, ਆਪੇ ਆਪੇ ਲੋਕ ਚਲਾ ਲੈਣਗੇ। ਕਮਲ ਜੀ ਜੀ, ਮੈਂ ਮੇਰੇ ਕੋਲ ਹੋਰ ਵੀ ਸਵਾਲ ਨੇ, ਮੇਰੇ ਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਆ ਰਿਹਾ ਮੈਂ ਤਿੰਨ ਦਿਨ ਦੇ ਇਸ ਇਜਲਾਸ ਦੇ ਵਿੱਚ ਤੁਹਾਨੂੰ ਵੀ ਮੁਖਾਤਿਬ ਹੋਵਾਂਗਾ, ਤੁਹਾਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਮੇਰੇ ਤੋਂ, ਮੈਂ ਜ਼ਰੂਰ ਮੁਖਾਤਿਬ ਹੋਊਂਗਾ ਤੁਹਾਨੂੰ ਸਰ। ਲੇਕਿਨ ਹੁਣ ਜਾਂਦੇ ਜਾਂਦੇ ਜਿਹੜੀ ਗੱਲ ਕਹਿ ਗਏ ਨੇ ਉਹ ਤੁਸੀਂ ਆਪਣੇ ਜਵਾਬ ਦੇ ਜਾਓ ਸਰ। ਕਿਹੜੀ ਗੱਲ ਦਾ ਜਵਾਬ ਦੇਵਾਂ ਜੀ ਹਰਕੀ ਜੀ, ਦੱਸਿਓ ਸਰ। ਜਿਹੜੀ ਗੱਲ ਮਨਜੀਤ ਸਿੰਘ ਜੀ ਨੇ ਕਹੀ ਔਰ ਜਿਹੜੀ ਗੱਲ ਨੀਲ ਗਰਗ ਜੀ ਨੇ ਕਹੀ, ਤੁਸੀਂ ਆਪ ਨਾ ਕੁਝ ਯਾਦ ਰੱਖੋ, ਮੈਨੂੰ ਭੂਰਨ ਵਾਲੇ ਪਾਸੇ ਤੁਰੇ ਰਹੇ ਹੋ, ਆਪ ਨਾ ਕੁਝ ਯਾਦ ਰੱਖੋ ਸਵਾਲ ਮੈਂ ਦੇ ਦੇਣਾ ਜਵਾਬ ਇਹਨਾਂ ਦੀ ਗੱਲਾਂ ਦਾ। ਨੀਲ ਗਰਗ ਜੀ ਨੇ ਗੱਲ ਕੀਤੀ ਹੈ ਚੋਣ ਮੈਨੀਫੈਸਟੋ ਦੀ, ਨੀਲ ਗਰਗ ਜੀ ਦਾ ਪਹਿਲਾਂ ਜਵਾਬ ਦੇ ਦਿਆਂ ਕਿ ਇਲੈਕਸ਼ਨ ਮੈਨੀਫੈਸਟੋ 'ਚ ਇਹਨਾਂ ਨੇ ਕੀ ਲਿਖਿਆ। ਨੀਲ ਗਰਗ ਜੀ ਨੂੰ ਇਹ ਯਾਦ ਹੋਣਾ ਕਿ ਮੈਂ ਇਹਨਾਂ ਨੂੰ ਨੰਬਰ ਲੈ ਲੈਣਾ ਫੋਨ ਦਾ, ਇਹਨਾਂ ਨੂੰ ਫੁਟੇਜ ਭੇਜ ਦਿਓ, ਵੀਡੀਓ ਜਿਹੜੀ ਕੇਜਰੀਵਾਲ ਨੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਅੰਦੋਲਨ ਅੰਨਾ ਹਜ਼ਾਰੇ ਨੇ ਚਲਾਇਆ ਸੀ, ਉਸ ਤੋਂ ਬਾਅਦ ਜਦੋਂ ਉਹ ਰਾਜਨੀਤੀ ਵਿੱਚ ਆਇਆ ਸੀ, ਪਹਿਲਾਂ ਕਹਿੰਦਾ ਰਾਜਨੀਤੀ 'ਚ ਨਹੀਂ ਆਉਣਾ, ਫਿਰ ਰਾਜਨੀਤੀ 'ਚ ਆ ਗਿਆ, ਉਸ ਸਟੇਜ ਦੇ ਉੱਤੇ ਖੜ ਕੇ ਉਹਨੇ ਆਪਣੇ ਬੱਚਿਆਂ ਦੀ ਕਸਮ ਖਾਧੀ ਸੀ ਕਿ ਮੈਂ ਨਾ ਸਰਕਾਰੀ ਬੰਗਲਾ ਲਊਂ, ਨਾ ਮੈਂ ਸਰਕਾਰੀ ਗੱਡੀ ਲਊਂ, ਨਾ ਮੈਂ ਸਿਕਿਉਰਿਟੀ ਲਊਂ। ਅੱਜ ਉਸ ਗੱਲ ਦਾ ਜਵਾਬ ਨੀਲ ਗਰਗ ਜੀ ਦੇ ਦੇਣ ਪਹਿਲਾਂ ਕਿ ਹਾਂਜੀ ਉਹ ਚੋਣ ਮੈਨੀਫੈਸਟੋ ਤੋਂ ਬਿਨਾਂ ਇੱਕ ਪਰਿਵਾਰ ਸਭ ਤੋਂ ਵੱਡੀ ਚੀਜ਼ ਹੁੰਦੀ ਹੈ, ਅੱਜ ਦੁਨੀਆ ਦੇ ਵਿੱਚ ਸਭ ਤੋਂ ਵੱਧ ਜੇ ਆਪਾਂ ਪਿਆਰ ਕਰਦੇ ਤਾਂ ਆਪਣੇ ਪਰਿਵਾਰ ਨੂੰ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਦੂਜੀ ਗੱਲ ਕਰਦੇ ਹਾਂ। ਆਪਣੇ ਗੱਲ ਕਸਮਾਂ ਦੀ ਗੱਲ ਨਾ ਕਰੀਏ, ਕਸਮਾਂ ਤੇ ਹੋਰ ਵੀ ਚੀਜ਼ਾਂ ਖੁੱਲ ਕੇ ਸਾਹਮਣੇ ਆ ਜਾਣਗੀਆਂ, ਕਸਮਾਂ ਦੀ ਅਸੀਂ ਗੱਲ ਹਜੇ ਫਿਲਹਾਲ ਨਹੀਂ ਕਰਦੇ, ਮੈਂ ਜ਼ਰੂਰ ਇਸ ਬਾਰੇ ਤੁਹਾਡੇ ਨਾਲ ਇੱਕ ਵਾਰੀ ਹੋਰ ਡਿਬੇਟ ਰੱਖ ਲਊਂਗਾ। ਕਸਮਾਂ ਦੀ ਗੱਲ ਨਾ ਕਰੋ ਸਰ, ਚਲੋ ਹੁਣ ਤੁਸੀਂ ਮਨਜੀਤ ਸਿੰਘ ਜੀ ਦੀ ਗੱਲ ਦੀ ਵੀ ਜਵਾਬ ਦੇ ਦਿਓ। ਮਨਜੀਤ ਸਿੰਘ ਜੀ ਦੀ ਗੱਲ ਦਾ ਮੈਂ ਜਵਾਬ ਪਹਿਲਾਂ ਦੇ ਚੁੱਕਿਆ, ਇਹ ਕਹਿੰਦੇ ਸੀਗੇ ਕਿ ਜੁੱਤੀਆਂ ਮਾਰਦੇ ਆ ਉੱਥੇ ਇੱਕ ਦੂਜੇ ਦੇ ਉੱਪਰ ਪਰਚੇ ਸੁੱਟਦੇ ਆ, ਮੈਂ ਮਨਜੀਤ ਸਿੰਘ ਜੀ ਦੇ ਵਿੱਚ ਸਰ ਕਸਮਾਂ ਦੇ ਵਿੱਚ ਤੇ ਸਰ ਵਿਰੋਧੀ ਧਿਰ ਇਹ ਵੀ ਇਲਜ਼ਾਮ ਲਗਾਉਂਦਾ ਕਿ ਗੁਟਕਾ ਸਾਹਿਬ ਫੜ ਕੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਕਸਮ ਖਾਈ ਸੀ ਕਿ ਮੈਂ ਕਿਸਾਨਾਂ ਦਾ ਕਰਜ਼ ਮਾਫ ਕਰੂੰਗਾ। ਸਰ ਹੁਣ ਤੁਸੀਂ ਫਿਰ ਵਕੀਲ ਬਣ ਰਹੇ ਹੋ, ਸਵਾਲ ਨਹੀਂ ਸਰ, ਤੁਸੀਂ ਕਸਮਾਂ ਦੀ ਗੱਲ ਕਰ ਰਹੇ ਹੋ ਨਾ ਸਰ, ਕਸਮਾਂ ਦੀ, ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਮੈਂ ਵਕੀਲ ਨਹੀਂ ਬਣ ਰਿਹਾ, ਮੈਂ ਵਿਰੋਧੀ ਧਿਰਾਂ ਦੀ ਉਹ ਗੱਲ ਕਹਿ ਰਿਹਾ, ਮੈਂ ਤੁਹਾਨੂੰ ਯਾਦ ਦਿਲਵਾ ਰਿਹਾ ਸਰ, ਕਿਉਂਕਿ ਤੁਸੀਂ ਕਸਮਾਂ ਦੀ ਗੱਲ ਕਰ ਰਹੇ ਸੀ ਨਾ ਸਰ। ਮੈਨੂੰ ਵੀ ਯਾਦ ਆ, ਸਾਰਿਆਂ ਨੂੰ ਯਾਦ ਆ ਸਰ, ਤੇ ਫਿਰ ਆਪਾਂ ਸਿਰਫ ਏਜੰਡੇ ਤੋਂ ਨਾ ਭਟਕੀਏ ਸਰ, ਕਸਮਾਂ ਦੀ ਗੱਲ ਦੇ ਵਿੱਚ ਨਾ ਆਈਏ, ਉਸ ਰਾਜਨੀਤੀ ਦੇ ਵਿੱਚ ਨਾ ਜਾਈਏ, ਕਸਮਾਂ ਦੇ ਵਿੱਚ ਸਿੱਧੀ 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 ਗੱਲ ਕਹੀਏ, ਦਰਸ਼ਕਾਂ ਨੂੰ ਸਿੱਧੀ ਗੱਲ ਸੁਣਨੀ ਜ਼ਿਆਦਾ ਪਸੰਦ ਆਉਂਦੀ ਹੈ। ਚਲੋ ਖੈਰ ਸਰ, ਕਮਲਜੀਤ ਸਿੰਘ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ।
और यह जानने की कोशिश की कि इस बार के विंटर सैशन के लोगों के लिए की कुछ गल की जाएगी। आरोप प्रत्यारोप की राजनीति असं लगातार इजलास वेखते आए हैं, लेकिन इस सैशन के लोगों की भलाई के लिए की कुछ मुद्दे जड़े ने रखे जाएंगे और गल कही जाएगी। इनविटेशन भी थोड़े सामने आ गया, जरूर जाऊंगा विधानसभा के इस इजलास के इसको कवर करन और लोगों के जिहड़े मुद्दे ने जरूर सवाल पूछूंगा। एम एच वन न्यूज़ लगातार कोशिश करता है कि उन्हें सवालों का जवाब थोड़े कानों के पहुँचाए कि जो कि थोड़े जानने लिए बेहद जरूरी ने। और पैराकारों तो जब असी सवाल पूछते हैं तो तुम वेख ही लिया होना कि किस तरीके की गल की जाती है, लेकिन एम एच वन न्यूज़ का हमेशा एजेंडा रहा है, वो हमेशा न्यूट्रल रहा है, तुहाडे हक की आवाज़ के लिए हमेशा लगातार काम करता आया काम करता रहेगा। इस एम एच वन न्यूज़ प्राइम टाइम के अज्ज के लिए मैनू हरकीरत सिंह आलू वाले नो दो इजाजत, धन्यवाद।